ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਉਹਨੂੰ ਆਪਣੇ ਆਪਣੇ ਮੁਤਾਬਕ ਕਰ ਲੈਣ ਲਈ ਕਿਹਾ ਵੀ ਅਸੀਂ ਆਪੇ ਕਰ ਲਵਾਂਗੇ ਰਿਪੋਰਟਾਂ ਵਗੈਰਾ ਠੀਕ ਕਰ ਲਵਾਂਗੇ। ਹਾਈ ਕੋਰਟ ਨੂੰ ਜੋ ਬੋਲੇ ਹੋਏ ਆ ਹਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਫੋਨ ਪਾ ਦੇ। ਤੋ ਇਸ ਤੋਂ ਬਾਅਦ ਮਤਲਬ ਮੈਂ ਜਦੋਂ ਇਨਕੁਆਇਰੀ ਕੰਪਲੀਟ ਹੋਈ ਸੀ ਤਾਂ ਮੈਂ ਆਪਣੇ ਜੋ ਵੀ ਮੇਰੇ ਉਹਨਾਂ ਦੇ ਖਿਲਾਫ਼ ਬਣਦੀ ਸੀ ਜੋ ਕਾਰਵਾਈ ਜੋ ਉਹਨਾਂ ਨੂੰ ਕਰਨਾ ਦਿੱਤਾ ਸੀ, ਮੈਂ ਉਹਦੀ ਐਪਲੀਕੇਸ਼ਨ ਦਿੱਤੀ ਸੀਗੀ ਡੀ ਜੀ ਪੀ ਸਾਹਿਬ ਦੇ ਪੇਸ਼ ਹੋਈ। ਬਾਰਵੇਂ ਵਿੱਚ ਮੈਨੂੰ ਸਸਪੈਂਡ ਕੀਤਾ, 10 ਮਹੀਨੇ ਬਾਅਦ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂ ਕਿਉਂਕਿ ਮੇਰੇ 'ਤੇ ਐਲੀਗੇਸ਼ਨ ਹੈ ਕਿ ਮੈਂ ਕੁਛ ਸੋਸ਼ਲ ਮੀਡੀਆ 'ਤੇ ਇਹਦੇ ਖਿਲਾਫ਼ ਕੋਈ ਕਮੈਂਟਸ ਵਗੈਰਾ ਪਾਏ, ਸਿਰਫ ਇਸ ਤੱਕ ਕਰਕੇ ਮੈਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਇਸਨੇ ਜੋ ਫੈਡਰਲ ਲਾਈਫ ਹਾਈ ਕੋਰਟ ਨੂੰ ਤੋਹੀਨ ਜੋ ਕੋਈ ਉਹ ਕੀਤਾ ਉਹਦੇ ਵਿੱਚ ਅੱਜ ਤੱਕ ਇਹਨੂੰ ਕਦੇ ਕਿਸੇ ਨੇ ਕੋਈ ਪੁੱਛਗਿੱਛ ਨਹੀਂ। ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਇਕੱਲੇ ਨੂੰ ਪੇਸ਼ ਕਰਨਾ ਪੈ ਰਿਹਾ ਕਿਉਂਕਿ ਡਿਪਾਰਟਮੈਂਟ ਮੇਰੇ ਨਾਲ ਇੱਕ ਆਦਮੀ ਵੀ ਨਹੀਂ ਖੜਾ ਹੋਇਆ। ਸੋ ਫਿਰ ਵੀ ਮੈਨੂੰ ਸਟਰੈਂਥ ਹੈਗੀ ਸੀ ਕਿ ਮੇਰੇ ਪਿੱਛੇ ਇੱਕ ਮਿਨਿਸਟਰ ਜਿਹੜੇ ਹੈਗੇ ਨੇ ਬਹੁਤ ਸਟਰੋਂਗ ਹੈ ਅਤੇ ਮੈਂ ਲੜਾਈ ਲੜ ਲਵਾਂਗਾ, ਪਰ ਮੈਂ ਕੀਤਾ ਉਹਨਾਂ ਦੀ ਸਟਰੈਂਥ ਨਾਲ ਹੀ ਸੀਗਾ। ਉਹ ਹੈਰਾਨੀਜਨਕ ਹੈ ਔਰ ਮਤਲਬ ਮੈਨੂੰ ਖੁਦ ਹੈਰਾਨੀ ਹੈ ਕਿ ਮਤਲਬ ਇਹੋ ਜਿਹੇ ਹੀਨੀਅਸ ਕ੍ਰਾਈਮ, ਇਹੋ ਜਿਹੇ ਮਤਲਬ ਮਰਡਰ, ਬੰਬ ਬਲਾਸਟ ਜਿਹੜੇ ਇਹਨਾਂ ਨੇ ਆਪਣੇ ਕਨਫੈਸ਼ਨ ਕੀਤੇ ਹੋਏ ਆਪਣੇ ਵੱਲੋਂ, ਜਿਹੜਾ ਸਿਰਫ ਇਹਨੂੰ ਆਪਣੇ ਜੇ 100% ਆਪਾਂ ਕਿਤੇ ਇਹਦਾ ਕ੍ਰਾਈਮ ਗਣੀਏ ਅਤੇ ਇਹਨੂੰ 5% ਚਲਾਣ ਕੀਤਾ ਗਿਆ, 95% ਵਿੱਚ ਇਹਨੂੰ ਚਲਾਣ ਕੀਤਾ। ਅਤੇ ਉਹ ਉਹਨਾਂ ਨੇ ਉਹ ਆਪਣੇ ਇਸ ਤਰੀਕੇ ਦੀ ਆਪਣੀ ਕਰਕੇ ਮੈਨੀਪੁਲੇਸ਼ਨ, ਉਹ ਕੇਸ ਦੇ ਵਿੱਚੋਂ ਇਹ ਟੈਕਨੀਕਲੀ ਬਰੀ ਹੋਇਆ, ਬੇਗੁਨਾਹ ਨਹੀਂ ਹੈ, ਕੋਈ ਇਲਜ਼ਾਮ ਨਹੀਂ ਹੈ, ਇਟਸ ਆਲ ਐਵੀਡੈਂਸ, ਠੀਕ ਹੈ, ਕੋਈ ਇਲਜ਼ਾਮ ਨਹੀਂ ਹੈ, ਪ੍ਰੂਵਡ ਹੈ, ਪਰਚੇ ਦਰਜ ਹੋਏ ਹੋਏ ਆ, ਜਿਹੜੇ ਜਿਹੜੇ ਇਹਨਾਂ ਨੇ ਦਿੱਤੇ ਆ ਆਪਣੇ ਕਨਫੈਸ਼ਨ ਦੇ ਵਿੱਚ, ਉਹ ਉਹਨਾਂ ਹੀ ਬੰਦਿਆਂ ਨੇ ਉਹ ਕ੍ਰਾਈਮ ਕਮਿਟ ਕੀਤੇ ਹੋਏ। ਗੁੜ ਮੰਡੀ ਜਿਹੜਾ ਬੰਬ ਧਮਾਕਾ ਹੋਇਆ, ਸੁਜੈਸ਼ਨ ਇਹਦੇ ਵੱਲੋਂ ਮੈਂ ਇਹ ਨਹੀਂ ਦੱਸਿਆ ਕਿ ਉੱਥੇ ਜਾ ਕੇ ਬੰਬ ਧਮਾਕਾ ਕਰੋ, ਉਹਦੇ ਵਿੱਚ ਉਹਨਾਂ ਨੇ ਮੰਨਿਆ ਇਹਨਾਂ ਦੇ ਤਾਏ ਨੇ ਵੀ ਜਿਹੜੇ ਵੈਪਨ ਤਾਂ ਸਾਡੇ ਆਲਰੇਡੀ ਦੇਰ 'ਚ ਰਿਕਵਰ ਹੋ ਹੀ ਚੁੱਕੇ ਆ, ਹੁਣ ਇਹਨਾਂ ਨੂੰ ਕਿਉਂ ਫੜਿਆ? ਇਹ ਬਿਲਕੁਲ ਵਾਂਟਡ ਮੁਜਰਮ ਹੈ ਅੱਜ ਦੀ ਡੇਟ ਵਿੱਚ, ਇਹਨੂੰ ਸਵੇਰੇ ਫੜ ਕੇ ਅਰੈਸਟ ਕਰਕੇ ਚਲਾਣ ਦਿੱਤਾ ਜਾ ਸਕਦਾ। ਜਿਹੜੀ ਪਾਰਟਲੀ ਸਟੋਰੀ ਪਹਿਲਾਂ ਵਾਲੀ ਤਾਂ ਆਪ ਸਭ ਨੂੰ ਪਤਾ ਹੀ ਹੈ ਕਿ ਮੇਰੇ ਕੋਲ ਇਨਕੁਆਇਰੀ ਸੀਗੀ ਜਿਹੜੀ ਮੈਂ ਇਨਕੁਆਇਰੀ ਲੋਕਲ ਬਾਡੀ ਡਿਪਾਰਟਮੈਂਟ ਡੈਪੂਟੇਸ਼ਨ 'ਤੇ ਹੋਣ ਕਰਕੇ ਉਹ ਕਰ ਰਿਹਾ ਸੀਗਾ, ਨਵਜੋਤ ਸਿੰਘ ਸਿੱਧੂ ਮਿਨਿਸਟਰ ਸੀਗੇ, ਉਹਨਾਂ ਨੇ ਮੈਨੂੰ ਉਹ ਮਾਰ ਕੀਤੀ ਸੀਗੀ। ਉਹਦੇ ਵਿੱਚ ਕੁਛ ਇਹਨਾਂ ਦੇ ਇੰਟਰਸਟ ਸੀ, ਮਿਸਟਰ ਭਾਰਤ ਭੂਸ਼ਣ ਆਸ਼ੂ ਜਿਹੜੇ ਮਿਨਿਸਟਰ ਨੇ ਲੁਧਿਆਣੇ ਤੋਂ, ਤਾਂ ਉਹਨਾਂ ਨੇ ਮੈਨੂੰ ਬੁਲਾ ਕੇ ਪਹਿਲਾਂ ਕਿਹਾ ਸੀ ਵੀ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਕੋਈ ਫੇਵਰ ਕਰੋ, ਤਾਂ ਕਿਉਂਕਿ ਮੈਂ ਉਹਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਬਹੁਤ ਫੇਰ ਇਨਕੁਆਇਰੀ ਕਰਨ ਬਾਰੇ ਹਦਾਇਤਾਂ ਸੀਗੀਆਂ ਅਤੇ ਮੈਂ ਇਹਨੂੰ ਠੀਕ ਤਰੀਕੇ ਨਾਲ ਕਰਨਾ ਚਾਹੁੰਦਾ ਸੀ, ਤਾਂ ਮੈਂ ਇਹਨਾਂ ਦੀ ਫੇਵਰ ਨਹੀਂ ਕਰ ਸਕਿਆ। ਤਾਂ ਉਸ ਤੋਂ ਬਾਅਦ ਜੋ ਹੋਇਆ ਉਹ ਸਾਰੇ ਪ੍ਰੈਸ ਨੂੰ, ਹਰ ਕਿਸੇ ਨੂੰ ਪਤਾ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਉਹ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ, ਉਹਨੂੰ ਆਪਣੇ ਆਪਣੇ ਮੁਤਾਬਕ ਕਰ ਲੈਣ ਲਈ ਕਿਹਾ ਵੀ ਅਸੀਂ ਆਪੇ ਕਰ ਲਵਾਂਗੇ ਰਿਪੋਰਟਾਂ ਵਗੈਰਾ ਠੀਕ ਕਰ ਲਵਾਂਗੇ, ਹਾਈ ਕੋਰਟ ਨੂੰ ਜੋ ਬੋਲੇ ਹੋਏ ਆ ਹਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਔਨ ਰਿਕਾਰਡ ਹੈਗੀਆਂ। ਤੋ ਇਸ ਤੋਂ ਬਾਅਦ ਮਤਲਬ ਮੈਂ ਜਦੋਂ ਇਹ ਇਨਕੁਆਇਰੀ ਕੰਪਲੀਟ ਹੋਈ ਸੀ ਤਾਂ ਮੈਂ ਆਪਣੇ ਜੋ ਵੀ ਮੇਰੇ ਇਹਨਾਂ ਦੇ ਖਿਲਾਫ਼ ਬਣਦੀ ਸੀ ਉਹ ਕਾਰਵਾਈ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਸੀ, ਮੈਂ ਉਹਦੀ ਐਪਲੀਕੇਸ਼ਨ ਦਿੱਤੀ ਸੀਗੀ ਡੀ ਜੀ ਪੀ ਸਾਹਿਬ ਦੇ ਪੇਸ਼ ਹੋ ਕੇ, ਇਹ ਫਰਵਰੀ ਲਾਸਟ ਵਿੱਚ, ਇੱਕ ਸਾਲ ਦੀ ਪਹਿਲਾਂ ਦੀ ਗੱਲ ਹੈ। ਤੋ ਇੱਕ ਸਾਲ ਦੇ ਵਿੱਚ ਵੀ ਕੋਈ ਇਹਦੇ ਅਗੇਂਸਟ ਕੋਈ ਐਕਸ਼ਨ ਨਹੀਂ ਕਿਸੇ ਨੇ ਲਿਆ, ਈਵਨ 10ਵੇਂ ਮਹੀਨੇ ਤੱਕ, 12ਵੇਂ ਵਿੱਚ ਮੈਨੂੰ ਸਸਪੈਂਡ ਕੀਤਾ, 10 ਮਹੀਨੇ ਬਾਅਦ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂ ਕਿਉਂਕਿ ਮੇਰੇ 'ਤੇ ਐਲੀਗੇਸ਼ਨ ਹੈ ਕਿ ਮੈਂ ਕੁਛ ਸੋਸ਼ਲ ਮੀਡੀਆ 'ਤੇ ਇਹਦੇ ਖਿਲਾਫ਼ ਕੋਈ ਕਮੈਂਟਸ ਵਗੈਰਾ ਪਾਏ, ਸਿਰਫ ਇਸ ਤੱਕ ਕਰਕੇ ਮੈਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਇਸਨੇ ਜੋ ਥ੍ਰੈਟਨ ਲਾਈਫ ਹਾਈ ਕੋਰਟ ਨੂੰ ਤੋਹੀਨ ਜੋ ਕੋਈ ਉਹ ਕੀਤਾ ਉਹਦੇ ਵਿੱਚ ਅੱਜ ਤੱਕ ਇਹਨੂੰ ਕਦੇ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਹੋਈ। ਤੋ ਆਫਟਰ ਸਸਪੈਂਸ਼ਨ ਨੈਚੁਰਲੀ ਮਤਲਬ ਮੈਂ ਜਿਹੜੀ 5-6 ਸਿਟੀ 'ਚੋਂ ਲੰਘ ਰਿਹਾ, ਠੀਕ ਹੈ, ਤੁਸੀਂ ਸੁਣ ਹੀ ਲਿਆ ਸਰ ਤੋਂ ਵੀ ਇਹਦੀ ਬੈਕਗਰਾਉਂਡ ਕੀ ਹੈਗੀ ਹੈ, ਕਿਸ ਤਰ੍ਹਾਂ ਦੇ ਬੰਦਿਆਂ ਨਾਲ ਇਹਦੇ ਕਨੈਕਸ਼ਨ ਹੈ, ਕਿਸ ਤਰ੍ਹਾਂ ਦਾ ਸਿਸਟਮ ਇਹਨੇ ਇੰਫਰਾਸਟ੍ਰਕਚਰ ਆਪਣਾ ਉੱਥੇ ਡਿਵੈਲਪ ਕੀਤਾ ਹੋਇਆ ਲੁਧਿਆਣੇ ਦੇ ਵਿੱਚ, ਅਤੇ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮੈਨੂੰ ਇਕੱਲੇ ਨੂੰ ਫੇਸ ਕਰਨਾ ਪੈ ਰਿਹਾ ਕਿਉਂਕਿ ਡਿਪਾਰਟਮੈਂਟ ਮੇਰੇ ਨਾਲ ਇੱਕ ਆਦਮੀ ਵੀ ਨਹੀਂ ਖੜਾ ਹੋਇਆ। ਤੋ ਫਿਰ ਵੀ ਮੈਨੂੰ ਸਟਰੈਂਥ ਹੈਗੀ ਸੀ ਕਿ ਮੇਰੇ ਪਿੱਛੇ ਇੱਕ ਮਿਨਿਸਟਰ ਜਿਹੜੇ ਹੈਗੇ ਨੇ ਬਹੁਤ ਸਟਰੋਂਗ ਹੈ ਅਤੇ ਮੈਂ ਲੜਾਈ ਲੜ ਲਵਾਂਗਾ, ਤਾਂ ਉਹਨਾਂ ਨਾਲ ਵੀ ਜਿਹੜਾ ਜੋ ਚੂਜ ਹੋਈ ਹੈ ਉਹ ਵੀ ਤੁਹਾਡੇ ਸਾਹਮਣੇ ਹੈ, ਠੀਕ ਹੈ, ਉਹਦੇ ਬਾਰੇ ਮੈਂ ਕੋਈ ਪੋਲੀਟੀਕਲ 'ਚ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਪਰ ਮੈਂ ਕੀਤਾ ਉਹਨਾਂ ਦੀ ਸਟਰੈਂਥ ਨਾਲ ਹੀ ਸੀਗਾ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ, ਠੀਕ ਹੈ। ਤੋ ਆਫਟਰ ਦੈਟ ਜਦੋਂ ਇਹਨਾਂ ਨੇ ਮੈਨੂੰ ਸਸਪੈਂਡ ਕਰ ਦਿੱਤਾ ਤਾਂ ਫਿਰ ਨੈਚੁਰਲੀ ਮਤਲਬ ਗੁੱਸਾ ਵੀ ਸੀਗਾ ਇਸ ਚੀਜ਼ ਦਾ ਆਪਾਂ ਕਹਿ ਸਕਦੇ ਹਾਂ, ਜਾਂ ਮੇਰੇ ਦਿਮਾਗ 'ਚ ਵੀ ਸੀ, ਮੇਰੇ ਮਾਨਸਿਕ ਦਬਾਅ ਵੀ ਹੈ ਮੇਰੇ 'ਤੇ ਇਸ ਚੀਜ਼ ਦਾ, ਠੀਕ ਹੈ, ਧਮਕੀਆਂ ਦੇ ਰਹੇ ਆ ਮਤਲਬ ਬੱਚਿਆਂ ਤੱਕ, ਮੈਂ ਡਿਟੇਲ ਰਿਪੋਰਟਾਂ ਡੀ ਜੀ ਪੀ ਸਾਹਿਬ ਨੂੰ ਮਤਲਬ ਲਿਖ ਕੇ ਭੇਜੀਆਂ ਹੋਈਆਂ ਆਪਣੀਆਂ ਦੁਬਾਰਾ ਵੀ ਵੀ ਮੇਰੇ ਨਾਲ ਆਹ ਚੀਜ਼ਾਂ ਹੋ ਰਹੀਆਂ, ਬਹੁਤ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹਦੀ ਕਾਪੀ ਪ੍ਰੋਵਾਈਡ ਕਰ ਦੂੰਗਾ। ਉਸ ਤੋਂ ਬਾਅਦ ਵੀ ਮਤਲਬ ਜੋ ਆਰਡਰ ਜਾਰੀ ਹੋਇਆ ਉਹ ਮੇਰੀ ਸਸਪੈਂਸ਼ਨ ਦਾ ਹੀ ਹੋਇਆ, ਠੀਕ ਹੈ। ਤੋ ਨੈਚੁਰਲੀ ਫਿਰ ਮੈਂ ਇਹਦੀ ਡੈਪਥ ਵਿੱਚ ਤਾਂ ਮੈਂ ਜਾਣਾ ਹੀ ਸੀ, ਪਹਿਲਾਂ ਮੈਨੂੰ ਕੁਛ ਪਤਾ ਲੱਗਿਆ ਸੀਗਾ ਕਿ ਇਹਦੇ 'ਤੇ ਕੇਸ ਵਗੈਰਾ ਕੋਈ ਰਜਿਸਟਰ ਹੈਗੇ ਆ, ਤੋ ਮੈਂ ਸਰਾਬਾਨਗਰ ਥਾਣੇ ਦੀ ਇੱਕ FIR ਦਾ ਆਪਣਾ ਇਨਫਲੂਐਂਸ ਨਾਲ ਪਤਾ ਕਰਾ ਕੇ ਉਹਦੇ 'ਤੇ ਸਟੱਡੀ ਕੀਤਾ, ਜੋ ਸਟੱਡੀ ਕੀਤਾ ਤਾਂ ਉਹਦੇ ਵਿੱਚੋਂ ਜੋ ਕੁਛ ਮਿਲਿਆ ਉਹ ਹੈਰਾਨੀਜਨਕ ਹੈ, ਔਰ ਮਤਲਬ ਮੈਨੂੰ ਖੁਦ ਹੈਰਾਨੀ ਹੈ ਕਿ ਮਤਲਬ ਇਹੋ ਜਿਹੇ ਹੀਨੀਅਸ ਕ੍ਰਾਈਮ, ਇਹੋ ਜਿਹੇ ਮਤਲਬ ਮਰਡਰਸ, ਬੰਬ ਬਲਾਸਟ ਜਿਹੜੇ ਇਹਨਾਂ ਨੇ ਆਪਣੇ ਕਨਫੈਸ਼ਨ ਕੀਤੇ ਹੋਏ ਆਪਣੇ ਵੱਲੋਂ, ਉਹਨਾਂ ਦੇ ਵਿੱਚ ਇਹਨੂੰ ਕਿਵੇਂ ਚਲਾਣ ਹੀ ਨਹੀਂ ਕੀਤਾ,
ਮੇਰੇ ਖਿਆਲ ਕਰੇ ਕੋਈ ਇਹ ਰਿਕਾਰਡ ਨਾ ਪਹਿਲਾਂ ਹੋਇਆ ਹੋਏਗਾ ਅਤੇ ਨਾ ਅਗਾਂਹ ਹੋਏਗਾ ਕਿ ਇਸ ਤਰ੍ਹਾਂ ਦੇ ਮਤਲਬ ਚਾਰ ਮਰਡਰ, ਬੰਬ ਬਲਾਸਟ, ਠੀਕ ਹੈ, ਕੋਨਸਪਰੇਸੀ ਆਫ ਮਰਡਰ, ਇਹਨਾਂ ਚੀਜ਼ਾਂ ਦੇ ਵਿੱਚ ਇੱਕ ਬੰਦਾ ਆਪਣੇ ਇੱਕ ਕਨਫੈਸ਼ਨਲ ਬਿਆਨ, ਮੈਂ ਦੁਬਾਰਾ ਕਹਿਣਾ ਚਾਹੂੰਗਾ, ਪੁਲਿਸ ਦੀ ਕਸਟੱਡੀ ਵਿੱਚ ਬਿਆਨ ਨਹੀਂ ਹੈਗਾ ਉਹ ਹੈ ਕਨਫੈਸ਼ਨਲ ਸਟੇਟਮੈਂਟ, ਜਿਹੜਾ ਟਾਡਾ ਐਕਟ ਹੈ ਅੱਤਵਾਦ ਦੇ ਰੋਕੂ ਦੇ ਵਿੱਚ ਇਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਉਹ 'ਚ ਇੱਕ ਪ੍ਰੋਵੀਜ਼ਨ ਹੈ 15 ਮਨ ਦੇ ਵਿੱਚ ਵੀ ਜੇ ਤੁਸੀਂ ਐਸ ਪੀ ਜਾਂ ਅਬਵ, ਨਾਟ ਡੀ ਐਸ ਪੀ, ਐਸ ਪੀ ਵੀ ਐਸ ਪੀ ਜਾਂ ਅਬਵ ਦੇ ਕੋਲ ਜਿਹੜੀ ਕਨਫੈਸ਼ਨ ਦਿੰਦੇ ਹੋ ਆਪਣੀ ਮਰਜ਼ੀ ਦੇ ਨਾਲ, ਉਹਦਾ ਪ੍ਰੋਸੀਜਰ ਆ, ਉਹਨੂੰ ਇਕੱਲੇ ਬੁਲਾਇਆ ਜਾਂਦਾ, ਹੱਥਕੜੀ ਫਲਾਈ ਜਾਂਦੀ, ਉਹਨੂੰ ਕੰਫਰਟ ਦਿੱਤਾ ਜਾਂਦਾ ਵੀ ਉਹ ਆਪਣੇ ਪ੍ਰੈਸ਼ਰ ਨਾਲ ਉੱਤੇ ਹੋਵੇ, ਉਹ ਪ੍ਰੋਸੀਜਰ ਸਾਰਾ ਅਡੋਪਟ ਕਰਨ ਤੋਂ ਬਾਅਦ ਜੇ ਉਹ ਸਟੇਟਮੈਂਟ ਤੁਸੀਂ ਦਿੰਦੇ ਹੋ ਤਾਂ ਫਿਰ ਮਤਲਬ ਤੁਸੀਂ ਉਹਦੇ 'ਤੇ ਮਤਲਬ ਉਹ ਐਵੀਡੈਂਸ ਦੇ ਤੌਰ 'ਤੇ ਤੁਹਾਡੇ ਨਾਲ ਉਹ ਮਤਲਬ ਯੂਜ਼ ਕੀਤੀ ਜਾ ਸਕਦੀ। ਤਾਂ ਉਹ ਕਨਫੈਸ਼ਨਲ ਸਟੇਟਮੈਂਟ ਇਹਦੀ, ਇਹਦੇ ਬ੍ਰਦਰ ਤਾਏ ਦੀ, ਲੜਕੇ ਦੀ, ਇਹਦੇ ਤਾਏ ਦੀ, ਤਿੰਨਾਂ ਜਣਿਆਂ ਦੀਆਂ ਉਹ ਸਾਰੀਆਂ ਵਾਰਦਾਤਾਂ ਦੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਊਂਗਾ ਬਾਅਦ ਦੇ ਵਿੱਚ, ਉਹ ਹੋਈ ਹੋਈ ਹੈ। ਉਸ ਦੇ ਬਾਵਜੂਦ ਵੀ, ਠੀਕ ਹੈ, ਜਿਹੜਾ ਸਿਰਫ ਇਹਨੂੰ ਆਪਣੇ ਜੇ 100% ਆਪਾਂ ਕਹੀਏ ਇਹਦਾ ਕ੍ਰਾਈਮ ਗਣੀਏ ਤਾਂ ਇਹਨੂੰ 5% ਚਲਾਣ ਕੀਤਾ ਗਿਆ, 95% ਵਿੱਚ ਇਹਨੂੰ ਚਲਾਣ ਹੀ ਨਹੀਂ ਕੀਤਾ ਗਿਆ। ਅਤੇ ਜਿਹੜੇ 5% 'ਚ ਇਹਨੂੰ ਚਲਾਣ ਕੀਤਾ ਗਿਆ ਉਹ ਇਹਨੇ ਮਤਲਬ ਉੱਥੋਂ ਜਿਹੜੇ ਓਰੀਜਨਲ ਡਾਕੂਮੈਂਟ ਸੀਗੇ ਉੱਥੋਂ ਮਿਸ ਕਰਾ ਕੇ ਅਤੇ ਸਾਰਾ ਮਤਲਬ ਉਹ ਸਰ ਮੈਨੀਪੁਲੇਸ਼ਨ ਦਿਖਾਈ ਦੇ ਰਹੀ, ਅਸੀਂ ਸਾਰਾ ਪੜ੍ਹਿਆ, ਬਾਕੀ ਸਾਰਾ ਆਉਣ ਵਾਲੇ ਸਮੇਂ ਵਿੱਚ ਮੈਂ ਐਪਲੀਕੇਸ਼ਨ ਦੇ ਦਿੱਤੀ ਜਿਹਦੇ ਰਿਗਾਰਡਿੰਗ ਖੁਦ ਆਪਣੇ ਵੱਲੋਂ ਵੀ ਮੈਂ ਇਹਦੀ ਪਰਵਰਿਸ਼ ਖੁਦ ਕਰੂੰਗਾ, ਜੇ ਸਾਰੇ ਕੇਸ ਆ ਜਿਹੜੇ ਹੈਗੇ ਇਹਨੂੰ ਇਹਦੇ ਅੰਜਾਮ ਤੱਕ ਲੈ ਕੇ ਜਾਵਾਂਗੇ। ਤਾਂ ਉਹ ਉਹਨਾਂ ਨੇ ਉਹ ਆਪਣੇ ਇਸ ਤਰੀਕੇ ਦੀ ਆਪਣੀ ਕਰਕੇ ਮੈਨੀਪੁਲੇਸ਼ਨ, ਉਹ ਕੇਸ ਦੇ ਵਿੱਚੋਂ ਇਹ ਟੈਕਨੀਕਲੀ ਬਰੀ ਹੋਇਆ, ਬੇਗੁਨਾਹ ਨਹੀਂ ਹੈ, ਟੈਕਨੀਕਲੀ ਬਰੀ ਹੋਣਾ ਹੁੰਦਾ ਵੀ ਆ ਡਾਕੂਮੈਂਟ ਨਹੀਂ ਹੈਗੇ ਇਸ ਕਰਕੇ ਪ੍ਰੂਵ ਨਹੀਂ ਹੋ ਸਕਦਾ। ਅਤੇ ਉਹ ਡਾਕੂਮੈਂਟ ਜਿਹੜੇ ਜਿੱਥੇ ਹੈਗੇ ਸੀ ਉੱਥੋਂ ਉਹ ਡਾਕੂਮੈਂਟ ਮੰਗੇ ਹੀ ਨਹੀਂ ਗਏ, ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਮੈਂ ਉੱਥੋਂ ਲੈ ਲਏ ਆ, ਮੇਰੇ ਕੋਲ ਸਾਰੀਆਂ ਸਰਟੀਫਾਈਡ ਕਾਪੀਆਂ ਹੈਗੀਆਂ, ਐਵਰੀਥਿੰਗ ਇਜ਼ ਅਵੇਲੇਬਲ ਔਨ ਦੀ ਰਿਕਾਰਡ। ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕੋਈ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਨਾ ਕਿਹਾ ਜਾਵੇ ਕਿ ਮੇਰੇ ਇਲਜ਼ਾਮ, ਕੋਈ ਇਲਜ਼ਾਮ ਨਹੀਂ ਹੈ, ਇਟਸ ਆਲ ਐਵੀਡੈਂਸ, ਠੀਕ ਹੈ, ਕੋਈ ਇਲਜ਼ਾਮ ਨਹੀਂ ਹੈ, ਪ੍ਰੂਵਡ ਹੈ, ਪਰਚੇ ਦਰਜ ਹੋਏ ਹੋਏ ਆ, ਜਿਹੜੇ ਜਿਹੜੇ ਇਹਨਾਂ ਨੇ ਦਿੱਤੇ ਆ ਆਪਣੇ ਕਨਫੈਸ਼ਨ ਦੇ ਵਿੱਚ, ਉਹ ਉਹਨਾਂ ਹੀ ਬੰਦਿਆਂ ਨੇ ਉਹ ਕ੍ਰਾਈਮ ਕਮਿਟ ਕੀਤੇ ਹੋਏ ਆ। ਗੁੜ ਮੰਡੀ ਜਿਹੜਾ ਬੰਬ ਧਮਾਕਾ ਹੋਇਆ, ਸੁਜੈਸ਼ਨ ਇਹਦੇ ਵੱਲੋਂ ਮੈਂ ਇਹ ਨਹੀਂ ਦੱਸਿਆ ਵੀ ਉੱਥੇ ਜਾ ਕੇ ਬੰਬ ਧਮਾਕਾ ਕਰੋ, ਤੁਸੀਂ ਹੱਥ ਦੇਖੋ ਕਿ ਇੱਕ ਗੁੜ ਮੰਡੀ ਜਿਹੜਾ ਸਾਡਾ ਬਹੁਤ ਭੀੜ ਭੜੱਕੇ ਵਾਲਾ ਇਲਾਕਾ, ਠੀਕ ਹੈ, ਤਾਂ ਉਹ ਅੱਤਵਾਦੀ ਜਦੋਂ ਇਹ ਪੁੱਛਦੇ ਇਹਨਾਂ ਕੋਲੋਂ ਵੀ ਹਾਂ ਅਸੀਂ ਕਿੱਥੇ ਧਮਾਕਾ ਕਰੀਏ, ਤਾਂ ਇਹ ਮਾਣਯੋਗ ਮੰਤਰੀ ਸਾਹਿਬ ਨੂੰ ਸੁਜੈਸਟ ਕਰ ਰਹੇ ਆ ਕਿ ਤੁਸੀਂ ਉੱਥੇ ਜਾ ਕੇ ਧਮਾਕਾ ਕਰੋ ਕਿ ਉੱਥੇ ਕੈਜੁਅਲਿਟੀ ਜ਼ਿਆਦਾ ਹੋਣਗੀ, ਠੀਕ ਹੈ। ਤਾਂ ਉਹਨਾਂ ਨੇ ਉਹਨਾਂ ਹੀ ਬੰਦਿਆਂ ਨੇ ਉੱਥੇ ਜਾ ਕੇ ਉਹ ਧਮਾਕਾ ਕੀਤਾ, ਠੀਕ ਹੈ। ਬੰਬ ਕਿੱਥੇ ਬਣੇ? ਇਹਨਾਂ ਦੀ ਡੇਅਰੀ ਦੇ ਵਿੱਚ, ਠੀਕ ਹੈ, ਇਹਨਾਂ ਦਾ ਆਪਣਾ ਕਨਫੈਸ਼ਨ ਹੈ, ਉੱਥੋਂ ਵੈਪਨ ਰਿਕਵਰ ਹੋਏ, ਠੀਕ ਹੈ, ਜਿਹਨਾਂ ਵਿੱਚ ਜੋ ਮੇਰੀ ਜਾਣਕਾਰੀ ਹੈ ਅਸਾਲਟਾਂ ਸੀ, ਮਾਊਜ਼ਰ ਸੀ, ਹੈਂਡ ਗ੍ਰਨੇਡ ਸੀ, ਜਿਹਨਾਂ ਦਾ ਇਹਦੇ ਤਾਨਾਂ 'ਤੇ ਕੇਸ ਹੀ ਦਰਜ ਨਹੀਂ ਕੀਤਾ ਗਿਆ। ਔਰ ਇਹਨਾਂ ਦੇ ਆਪਣੇ ਕਨਫੈਸ਼ਨ 'ਚ ਵੀ ਹੈ, ਇਹਨਾਂ ਨੇ ਇੱਕ ਟੈਲੀਗ੍ਰਾਮ ਕੀਤੀ ਸੀਗੀ ਜਦੋਂ ਇਹਨੂੰ ਫੜਿਆ ਸੀਗਾ, ਉਹਦੇ ਵਿੱਚ ਉਹਨਾਂ ਨੇ ਮੰਨਿਆ ਇਹਨਾਂ ਦੇ ਤਾਏ ਨੇ ਵੀ ਜਿਹੜੇ ਵੈਪਨ ਤਾਂ ਸਾਡੇ ਆਲਰੇਡੀ ਡੇਅਰੀ 'ਚੋਂ ਰਿਕਵਰ ਹੋ ਹੀ ਚੁੱਕੇ ਆ, ਹੁਣ ਇਹਨਾਂ ਨੂੰ ਕਿਉਂ ਫੜਿਆ ਹੋਇਆ। ਇਸ ਤਰ੍ਹਾਂ ਦਾ ਮਤਲਬ ਸਾਰਾ ਮਟੀਰੀਅਲ ਜਿਹੜਾ ਹੈਗਾ ਇਹ ਔਨ ਰਿਕਾਰਡ ਹੈਗਾ, ਇਹ ਸਾਰੇ ਕੇਸ ਜਿਹੜੇ ਹੈਗੇ ਆ ਇਹਨਾਂ 'ਤੇ ਟ੍ਰਾਇਲ ਹੋਣਗੇ ਜੀ। ਜਿਹੜਾ ਕੇਸ 'ਚੋਂ ਬਰੀ ਹੋਏ ਆ ਉਹ ਕੇਸ ਰੀਓਪਨ ਹੋਊਗਾ, 5 ਕੇਸ ਬਣਦੇ ਆ। ਇੱਕ ਤਾਂ ਟ੍ਰਿਪਲ ਮਰਡਰ ਹੋਇਆ ਸੀਗਾ ਪਾਇਲ ਥਾਣੇ ਦੇ ਵਿੱਚ, ਉਹਦੇ ਵਿੱਚ ਜਿਹੜੇ ਇਹਨਾਂ ਦੀ ਡੇਅਰੀ 'ਤੇ ਬੈਠ ਕੇ ਉਹ ਕੋਨਸਪਰੇਸੀ ਹੋਈ ਸੀ, ਉਹ ਬੰਦੇ ਜਾ ਕੇ ਮਾਰ ਕੇ ਆਏ ਸੀ, ਉਹਨਾਂ ਨੂੰ ਇਹਨਾਂ ਨੇ ਸੰਭਾਲਿਆ ਸੀ ਵਾਪਸ ਆਇਆ ਨੂੰ, ਠੀਕ ਹੈ। ਉਹ ਕਿਸੇ ਉਸ ਟਾਈਮ ਦੇ ਅਫਸਰਾਂ ਨੇ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਉਸ ਥਾਣੇ ਨੂੰ ਵੀ ਇਹਨਾਂ ਨੇ ਇੱਕ ਕਨਫੈਸ਼ਨ ਕੀਤਾ। ਔਰ ਇੱਥੋਂ ਤਾਂ ਛੱਡੋ, ਇਹ ਤਾਂ ਫਿਰ ਦੂਜੇ ਥਾਣੇ ਨੂੰ ਇਨਫੋਰਮ ਕਰਨਾ ਸੀ, ਇੱਕ ਹੈੱਡ ਕਾਂਸਟੇਬਲ ਦਾ ਮਰਡਰ ਇਸੇ ਥਾਣੇ ਵਿੱਚ ਹੋਇਆ, ਸੇਮ ਪੁਲਿਸ ਸਟੇਸ਼ਨ ਦੇ ਵਿੱਚ ਜਿੱਥੇ ਇਹਨਾਂ ਦੇ ਟਾਟ ਦਾ ਪਰਚਾ ਦਿੱਤਾ, ਨਹੀਂ ਜੀ ਸਰਾਭਾ ਨਗਰ, ਔਰ ਉਸ ਤੋਂ ਪਹਿਲਾਂ ਹੋਇਆ। ਇਹ ਐਫ ਆਈ ਨੰਬਰ 50 ਹੈ ਜੀ ਚਲਾਣ ਕੀਤਾ, ਐਫ ਆਈ ਨੰਬਰ 40 ਹੈ। ਤਾਂ ਉਹਦੇ ਵਿੱਚ ਵੀ ਮਤਲਬ ਜਿਹੜਾ ਆਪਣੇ ਥਾਣੇ ਦਾ ਹੈਗਾ ਸੀਗਾ ਜਿਹਦੇ ਵਿੱਚ ਕਨਫੈਸ਼ਨ ਕਰਦੇ ਆ ਵੀ ਉਹ ਬੰਦਿਆਂ ਨੇ ਸਾਡੇ 'ਤੇ ਮਤਲਬ ਜਾ ਕੇ ਉਹ ਮਾਰ ਕੇ ਆਏ, ਬੰਦਾ ਜ਼ਖਮੀ ਹੋ ਗਿਆ, ਫਿਰ ਉਹ ਮਰ ਗਿਆ ਉਹ ਤੋਂ ਬਾਅਦ। ਤਾਂ ਹੈੱਡ ਕਾਂਸਟੇਬਲ ਸ਼ਾਮ ਸਿੰਘ ਦਾ ਨਾਮ ਸੀ, ਉਹਦਾ ਮਰਡਰ ਦਾ ਮਤਲਬ ਟ੍ਰਾਇਲ ਹੋਇਆ ਉਹ ਤੋਂ ਬਾਅਦ, ਕਿਸੇ ਨੇ ਨਾ ਪ੍ਰੋਸੀਕਿਊਸ਼ਨ ਨੇ ਨਾ ਪੁਲਿਸ ਨੇ ਇਹਨਾਂ ਨੂੰ ਉਹਦੇ 'ਚ ਚਲਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਦੂ ਵੱਡੀਆਂ ਮੇਜਰ ਇਰੈਗੂਲਰਟੀਜ਼ ਮੈਂ ਜ਼ਿੰਦਗੀ ਵਿੱਚ ਨਾ ਤੁਸੀਂ ਕਿਸੇ ਨੇ ਸੁਣੀਆਂ ਹੋਣਗੀਆਂ ਨਾ ਦੇਖੀਆਂ ਹੋਣਗੀਆਂ। ਤਾਂ ਇੱਥੋਂ ਸਿੱਧ ਹੁੰਦਾ ਕਿ ਮਤਲਬ ਇਹਨਾਂ ਦਾ ਇਨਫਲੂਐਂਸ ਉਦੋਂ ਹੀ ਕਿੰਨਾ ਸੀ, ਅੱਜ ਤਾਂ ਮੈਂ ਕੀ ਹੈ ਇਹਨਾਂ ਲੋਕਾਂ ਦੇ ਸਾਹਮਣੇ, ਠੀਕ ਹੈ, ਜੋ ਤੁਸੀਂ ਹਾਲਾਤ ਮੇਰੇ ਦੇਖ ਰਹੇ ਹੋ, ਠੀਕ ਹੈ, ਉਹ ਮਤਲਬ ਤੁਹਾਡੇ ਸਾਹਮਣੇ ਹੀ ਹੈਗੇ। ਮੈਂ ਕੋਈ ਇਹਦੀ ਕੋਈ ਐਰੋਗੈਂਸ ਦੇ ਵਿੱਚ ਤਾਂ ਆਇਆ ਨਹੀਂ ਹੋਇਆ, ਮੈਂ ਤਾਂ ਆਪਣੀ ਲਾਈਫ ਪ੍ਰੋਟੈਕਸ਼ਨ ਕਰਕੇ ਆਇਆ ਹਾਂ ਜੋ ਮੇਰੀ ਹਾਲਾਤ ਇਹਨਾਂ ਨੇ ਬਣਾਏ ਹੋਏ, ਠੀਕ ਹੈ। ਤਾਂ ਜਿਸ ਤਰ੍ਹਾਂ ਮੈਂ ਸਰਵਾਈਵ ਕਰ ਰਿਹਾ, ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ, ਸਿਰਫ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਮੰਦਿਰ ਹੈ, ਜਿਹਦਾ ਆਪਣਾ ਸੰਸਦ ਹੈ ਸਾਡੀ, ਜਾਂ ਜਿਹੜੇ ਵਿਧਾਨ ਸਭਾ ਹੈ, ਅਤੇ ਇਹਦੇ ਵਿੱਚ ਜਿਹੜੇ ਬੰਦੇ ਚੁਣ ਕੇ ਜਾਂਦੇ ਆ, ਉਹ ਸਹੁੰ ਖਾ ਕੇ ਜਾਂਦੇ, ਉਹ ਸਹੁੰ ਖਾ ਕੇ ਜਿਹੜੇ ਬੰਦੇ ਜਾਂਦੇ ਆ, ਸੈਸ਼ਨ ਚੱਲ ਰਿਹਾ, ਠੀਕ ਹੈ। ਕੱਲ੍ਹ ਨੂੰ ਮੈਂ ਉਹਨਾਂ 116 ਬੰਦਿਆਂ ਨੂੰ ਅਪੀਲ ਕਰਦਾ, ਇਹਨੂੰ ਨਹੀਂ ਕਰਦਾ ਕਿਉਂਕਿ 117 ਤਾਂ ਇਹ ਹੈਗਾ, 116 ਬੰਦਿਆਂ ਨੂੰ ਵਿਦ CM ਸਾਹਿਬ, ਆਲ ਆਫ ਜਿਹੜੇ ਰਿਸਪੈਕਟਡ ਹੈਗੇ ਜਿੰਨੇ ਵੀ ਸਾਡੇ ਮੈਂਬਰ ਔਰ ਮਿਨਿਸਟਰ, ਮੈਂ ਬੇਨਤੀ ਕਰਦਾ ਕਿ ਮਤਲਬ ਇਹ ਇਨਸਾਫ ਕੀਤਾ ਜਾਵੇ। ਇੱਕ DSP ਗਜਟਡ ਅਫਸਰ ਨਾਲ ਜੇ ਇਹ ਹਾਲ ਹੋ ਰਿਹਾ ਅੱਜ ਪੰਜਾਬ ਦੇ ਵਿੱਚ, ਠੀਕ ਹੈ, ਤਾਂ ਫਿਰ ਥੱਲੇ ਆਪਾਂ ਮੈਂ ਵੀ
ਜਿਹਨੂੰ ਕਿ ਸੈਕਟਰੀ ਸਾਹਿਬ ਨੇ ਅਪਰੂਵ ਕੀਤਾ ਐਜ਼ ਇਟ ਇਜ਼, ਕਿਉਂਕਿ ਉਹ ਏਡੀਸੀ ਨੇ ਵੀ ਉਹਨੂੰ ਕੀਤਾ ਹੋਇਆ ਸੀ। ਦੈਨ ਉਹਨੂੰ ਅਪਰੂਵ ਕੀਤਾ ਮਿਨਿਸਟਰ ਖੁਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਠੀਕ ਹੈ। ਉਹਨਾਂ ਦੀ ਰਿਮੂਵਲ ਤੋਂ ਬਾਅਦ ਉਹ ਇਨਕੁਆਇਰੀ ਦਾ ਪਤਾ ਹੀ ਨਹੀਂ ਕਿੱਥੇ ਹੈਗੀ ਉਹ, ਠੀਕ ਹੈ। ਹਾਲਾਂਕਿ ਮੇਰੇ ਕੋਲ ਸਾਰਾ ਰਿਕਾਰਡ ਅਵੇਲੇਬਲ ਹੈ, ਕੋਈ ਦਿੱਕਤ ਨਹੀਂ, ਮੈਂ ਹਾਈ ਕੋਰਟ 'ਚ ਲੈ ਕੇ ਜਾਊਂਗਾ, ਪਰ ਏਡੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਮਤਲਬ ਉਹ ਏਡੀ ਵੱਡੀ ਇਨਕੁਆਇਰੀ ਜਿਹੜੀ 'ਚ ਹਰ ਬੰਦੇ ਮਤਲਬ ਜਿਹੜੇ ਕਲਪਿਟ ਸੀਗੇ ਉਹਨਾਂ ਨੂੰ ਬਿਲਕੁਲ ਇਗਨੋਰ ਕਰਕੇ ਉਹਨਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਜਾ ਰਹੀਆਂ, ਉੱਥੇ ਕੰਸਟਰਕਸ਼ਨ ਹੋ ਰਹੀ ਹੈ, ਠੀਕ ਹੈ। ਤੋ ਇੱਕ ਹੋਰ ਜੋ ਆਪਾਂ ਕਹਿ ਸਕਦੇ ਹਾਂ ਉਹਨੂੰ ਕਹਿ ਸਕਦੇ ਜਿਹੜਾ ਨਿਆਂ ਦਾ ਬੋਲਬਾਲੇ ਵਾਲੀ ਗੱਲ ਕਹਿ ਸਕਦੇ ਹਾਂ, ਉਹ ਹੈਗੀ ਹੈ। ਤਾਂ ਮਤਲਬ ਇਸ ਤਰ੍ਹਾਂ ਦੇ ਮਤਲਬ ਬੰਦਿਆਂ ਦੇ ਖਿਲਾਫ ਜਿਹੜੇ ਹੈਗੇ ਆ, ਮੈਂ ਫਿਰ ਅੱਗੇ ਰਿਕੁਐਸਟ ਹੀ ਕਰੂੰਗਾ ਕਿ ਮਾਨਯੋਗ CM ਸਾਹਿਬ ਨੂੰ, ਹੋਰ ਸਾਰੇ ਆਨਰੇਬਲ ਲੋਕ ਹੈ ਕਿ ਜਿਹੜੇ ਉਹਨਾਂ ਨੂੰ ਇਹੋ ਜਿਹਾ ਬੰਦਾ ਜਿਹੜਾ ਕਿ ਅੱਜ ਹੀ ਇਹਦੇ 'ਤੇ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈਗੀ, ਇਹ ਕਿਸੇ ਵੀ ਜਿਹੜੇ ਵੀ ਕੋਈ ਲੀਗਲ ਮਾਇੰਡ ਅਫੀਸਰ ਸਾਡੇ ਹੋਣ, ਸੀਨੀਅਰ ਹੋਣ, ਮੇਰੇ ਨਾਲ 15 ਮਿੰਟ ਡਿਸਕਸ ਕਰ ਲੈਣ, ਮੈਂ ਫਾਈਲ ਸਮਝਾ ਦੂੰਗਾ ਵਿੱਚ ਕੀ ਹੈਗਾ, ਕੁਛ ਵੀ ਇਹਦੇ 'ਤੇ ਚੈੱਕ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਇਹ ਬਿਲਕੁਲ ਵਾਂਟਡ ਮੁਜਰਮ ਹੈ, ਅੱਜ ਦੀ ਡੇਟ ਵਿੱਚ ਇਹਨੂੰ ਸਵੇਰੇ ਫੜ ਕੇ ਅਰੈਸਟ ਕਰਕੇ ਚਲਾਣ ਦਿੱਤਾ ਜਾ ਸਕਦਾ, ਠੀਕ ਹੈ। ਬਾਕੀ ਤੁਸੀਂ ਕੁਐਸਚਨ ਦੱਸੋ। ਜੁਡੀਸ਼ੀਅਲ ਮੈਜਿਸਟਰੇਟ ਦੇ ਅੱਗੇ ਕਨਫੈਸ਼ਨ ਹੁੰਦਾ, ਉਹਦੇ ਸਿੱਧੇ ਸਜ਼ਾ ਹੋ ਜਾਂਦੀ ਹੈ। ਸਾਡੇ ਵੱਡੇ ਵੱਡੇ ਕੇਸ ਜਿੱਦਾਂ ਕੰਧਾਰ ਹਾਈਜੈਕਿੰਗ ਦਾ ਜਿਹੜਾ ਕੇਸ ਹੈ, ਸਿਰਫ ਕਨਫੈਸ਼ਨ ਦੇ ਬੇਸਡ ਹੈ। ਟਾਡਾ ਦੇ ਵਿੱਚ ਜੁਡੀਸ਼ੀਅਲ ਮੈਜਿਸਟਰ ਦੇ ਸਾਹਮਣੇ ਕਨਫੈਸ਼ਨ ਦੀ ਪਾਵਰ ਦਿੱਤੀ ਸੀ SP ਸਾਹਿਬ ਨੇ, ਐਨੀ ਸੁਪਰਿੰਟੈਂਡੈਂਟ ਆਫ ਪੁਲਿਸ। ਉਹਦੇ ਸਾਹਮਣੇ ਜਿਹੜਾ ਕੋਈ ਮੁਜਰਮ ਕਨਫੈਸ਼ਨ ਕਰਦਾ ਹੈ, ਉਹਦੇ ਉਨੇ ਹੀ ਸੇਫਗਾਰਡ ਹੁੰਦੇ ਆ, ਉਨੇ ਹੀ ਉਹਨੂੰ ਵਾਰਨਿੰਗ ਦੇ ਦਿੰਦੀ ਹੈ ਕਿ ਐਵੀਡੈਂਸ ਤੁਹਾਡੇ ਖਿਲਾਫ਼ ਯੂਜ਼ ਹੋਏਗਾ। ਉਸ ਦੇ ਬਾਵਜੂਦ ਕੋਈ ਕਨਫੈਸ਼ਨ ਕਰੇ ਤਾਂ ਉਸ ਕਨਫੈਸ਼ਨ ਦੇ ਬੇਸ 'ਤੇ ਸਜ਼ਾ ਆਮ ਤੌਰ 'ਤੇ ਟਾਡਾ ਵਿੱਚ ਹੋ ਜਾਂਦੀ ਸੀ, ਔਰ ਸਾਡੇ ਵੱਡੇ ਵੱਡੇ ਕੇਸਾਂ ਵਿੱਚ ਸਿਰਫ ਕਨਫੈਸ਼ਨ ਦੇ ਬੇਸ 'ਤੇ ਹੀ ਸਜ਼ਾ ਹੁੰਦੀ ਸੀ। ਸੋ ਇਹ ਉਹੋ ਜਿਹਾ ਐਡਮਿਸੀਬਲ ਐਵੀਡੈਂਸ ਹੈ ਜਿਹੜਾ ਕੋਰਟ ਸਜ਼ਾ ਅੱਜ ਵੀ ਦੇ ਸਕਦਾ, ਕਿਉਂਕਿ ਟਾਡਾ ਦੇ ਵਿੱਚ ਜਿਹੜਾ ਕੇਸ ਪਹਿਲਾਂ ਦਰਜ ਹੋ ਗਿਆ, ਉਹ ਟ੍ਰਾਇਲ ਹਾਲੇ ਵੀ ਟਾਡਾ ਦੇ ਅੰਦਰ ਹੀ ਚੱਲੇਗਾ। ਸੋ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦਾ ਕਨਫੈਸ਼ਨ ਹੈ, ਇਹ ਕੋਈ ਉਹੋ ਜਿਹਾ ਕਨਫੈਸ਼ਨ ਨਹੀਂ ਹੈ ਜਿੱਦਾਂ ਦੀ ਆਪਾਂ ਕਹਿੰਦੇ ਹਾਂ ਕਿ ਪੁਲਿਸ ਆਫਿਸਰ ਦੇ ਸਾਹਮਣੇ ਕਨਫੈਸ਼ਨ ਜਿਹੜਾ ਕੋਰਟ ਵਿੱਚ ਐਡਮਿਸੀਬਲ ਨਹੀਂ ਹੈ। ਇਹ ਕੋਰਟ ਵਿੱਚ ਐਡਮਿਸੀਬਲ ਐਵੀਡੈਂਸ ਹੈ ਜਿਹਦੇ ਬੇਸ 'ਤੇ ਸਿੱਧਾ ਸਜ਼ਾ ਦੇ ਸਕਦੀ ਹੈ ਜੇ ਚਲਾਨ ਪੇਸ਼ ਹੋ ਜਾਏ। ਟਾਡਾ ਦਾ ਵੀ ਤੁਹਾਨੂੰ ਪਤਾ ਹੋਏਗਾ, ਟਾਡਾ ਜਦੋਂ ਵੀ ਕੋਈ ਐਕਟ ਅਪੀਲ ਹੁੰਦਾ ਨਾ, ਜਿਹੜੀਆਂ ਚੀਜ਼ਾਂ ਉੱਥੋਂ ਸਟਾਰਟ ਹੋ ਜਾਂਦੀਆਂ ਉਹ ਉਸੇ ਐਕਟ ਥੱਲੇ ਖਤਮ ਹੁੰਦੀਆਂ। ਹਰ ਅਪੀਲਿੰਗ ਐਕਟ ਦੇ ਵਿੱਚ ਲਿਖਿਆ ਹੁੰਦਾ। ਤੁਸੀਂ ਦੇਖਿਆ ਹੋਗਾ, ਤੁਹਾਡਾ ਇੱਕ ਜਰਨਲਿਸਟ ਨੂੰ 2 ਸਾਲ ਪਹਿਲਾਂ ਅੰਬਾਲਾ ਜੇਲ੍ਹ ਵਿੱਚ ਪੁਰਾਣੇ ਕੇਸ ਵਿੱਚ ਸਜ਼ਾ ਪੂਰਾ ਟ੍ਰਾਇਲ ਚੱਲਿਆ ਸੀ ਟਾਡਾ ਥੱਲੇ, ਔਰ ਉਹ ਡਿਲੇ ਇਸ ਲਈ ਹੋਇਆ ਸੀ ਕਿ ਟਾਡਾ ਥੱਲੇ ਡੈਜ਼ਨੇਟਿਡ ਕੋਰਟ ਨਹੀਂ ਸੀ, ਫਿਰ ਹਾਈਕੋਰਟ ਨੇ ਡੈਜ਼ਨੇਟ ਕੀਤਾ ਕੋਰਟ ਵਿੱਚ, ਫਿਰ 2004 ਸਾਲ ਪਹਿਲਾਂ ਪੂਰਾ ਟ੍ਰਾਇਲ ਚੱਲਿਆ। ਸੋ ਜਿਹੜੇ ਕੇਸ ਟਾਡਾ ਥੱਲੇ ਰਜਿਸਟਰਡ ਹੈ ਉਹਨਾਂ ਦਾ ਟ੍ਰਾਇਲ ਜੇ ਟਾਡਾ ਦੇ ਥੱਲੇ ਹੋਏਗਾ, ਉਹੀ ਪ੍ਰੋਵੀਜ਼ਨ ਲੱਗਣਗੀਆਂ, ਔਰ ਦੁਬਾਰਾ ਜੱਜ ਡੈਜ਼ਨੇਟ ਹੋਏਗਾ ਅੰਡਰ ਟਾਡਾ। ਜਿਹੜਾ ਜਦੋਂ ਅਪੀਲ ਰਿਪੀਲ ਹੋ ਜਾਂਦਾ, ਉਸ ਤੋਂ ਬਾਅਦ ਰਜਿਸਟਰਡ ਕੇਸਿਸ ਨਹੀਂ ਚੱਲਣਗੇ, ਬਟ ਜਿਹੜੇ ਪਹਿਲਾਂ ਦਰਜ ਹੋ ਚੁੱਕੇ ਉਹਨਾਂ ਦਾ ਪ੍ਰੋਸੀਜਰ ਸੇਮ ਰਹਿੰਦਾ। ਇਹ ਸੇਵਿੰਗ ਕਲੋਜ਼ ਹਰ ਉਹਨਾਂ ਨੇ ਰਿਪੀਲਿੰਗ ਐਕਟ 'ਚ ਪਾਈ ਹੁੰਦੀ, ਇਹਦੇ ਵਿੱਚ ਹੀ ਪਾਈ ਹੁੰਦੀ। ਮੈਂ ਇੱਕ ਮਿੰਟ ਪੜ੍ਹ ਕੇ ਸੁਣਾ ਰਿਹਾ, ਤੁਸੀਂ ਜੇ ਕਹੋ ਤਾਂ ਇੱਕ ਵਾਰੀ ਸਟੇਟਮੈਂਟ, ਤੁਹਾਨੂੰ ਸੌਖਾ ਹੋ ਜਾਏਗਾ ਔਰ ਕੁਐਸਚਨ ਕਰਨਾ। ਸਟੇਟਮੈਂਟ ਪੜ੍ਹ ਕੇ ਸੁਣਾ ਦਿੰਦਾ ਉਹਨਾਂ ਦੀ, ਠੀਕ ਹੈ। ਹਾਂ, ਇਹ ਹੁਣ ਇਹਨਾਂ ਦੀ ਪਹਿਲਾਂ ਜਿਹੜੇ SP ਸਾਹਿਬ ਉਹਨਾਂ ਨੇ ਜਿਹੜਾ ਮਤਲਬ ਆਪਣਾ ਪ੍ਰੋਸੀਜਰ ਹੁੰਦਾ ਉਹ ਉਹਨਾਂ ਨੇ ਲਿਖਿਆ ਹੋਇਆ SP ਸਾਹਿਬ ਦਾ ਪਹਿਲਾਂ ਇਹ ਹੈ ਵੀ ਅੱਜ SP ਕਹਿੰਦੇ ਆ, ਅੱਜ ਮੈਂ ਆਪਣੇ ਦਫ਼ਤਰ ਮੌਜੂਦ ਸੀ ਤਾਂ SI ਬਲਦੇਵ ਸਿੰਘ ਚੌਂਕੀ ਇੰਚਾਰਜ ਹੈਬੋਵਾਲ ਲੁਧਿਆਣਾ ਨੇ ਦੋਸ਼ੀ ਭਾਰਤ ਭੂਸ਼ਣ ਉਰਫ ਆਸ਼ੂ ਲੇਟ ਨਰਾਇਣ ਦਾਸ ਕੌਮ ਪੰਡਤ ਵਾਸੀ 15 ਮਾਡਲ ਗ੍ਰਾਮ ਲੁਧਿਆਣਾ, ਜੋ ਕਿ ਮੁਕਦਮ ਨੰਬਰ 50 ਫਲਾਨੇ ਫਲਾ ਜਿਹੜੇ ਵੀ ਟਾਡਾ ਐਕਟ ਲੱਗੇ ਹੋਏ ਆ ਵਿੱਚ ਦੋਸ਼ੀ ਹੈ, ਨੂੰ ਜੇਲ੍ਹ ਹਿਰਾਸਤ ਲਿਆ ਕੇ ਮੇਰੇ ਪੇਸ਼ ਕੀਤਾ, ਜਿਸ ਦੀ ਹੱਥਖੜੀ ਖੁਲਵਾਈ ਗਈ ਤਾਂ ਪੁਲਿਸ ਮੁਲਾਜ਼ਮਾਂ ਨੂੰ ਬਾਹਰ ਭੇਜਿਆ ਗਿਆ। ਤਾਂ ਦੋਸ਼ੀ ਉਕਤ ਨੇ ਮੈਨੂੰ ਦੱਸਿਆ ਕਿ ਉਹ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹੈ, ਜਿਸ ਨੂੰ ਮੈਂ ਸਮਝਾਇਆ ਕਿ ਉਸ ਲਈ ਇਕਬਾਲੀਆ ਬਿਆਨ ਦੇਣਾ ਜ਼ਰੂਰੀ ਨਹੀਂ ਹੈ, ਜੇਕਰ ਇਹੋ ਜਿਹਾ ਬਿਆਨ ਦੇਵੇਗਾ ਤਾਂ ਇਹ ਬਿਆਨ ਉਸਦੇ ਖਿਲਾਫ਼ ਬਤੌਰ ਸ਼ਹਾਦਤ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨੂੰ ਸੋਚਣ ਲਈ 5 ਮਿੰਟ ਦਾ ਸਮਾਂ ਦਿੱਤਾ ਗਿਆ। 5 ਮਿੰਟ ਬਾਅਦ ਦੋਸ਼ੀ ਨੂੰ ਸਵਾਲ ਕੀਤਾ ਗਿਆ ਕਿ ਆਪ ਇਕਬਾਲੀਆ ਬਿਆਨ ਕਿਸੇ ਡਰ ਜਾਂ ਮਜਬੂਰੀ ਹੇਠ ਦੇ ਰਹੇ ਹੋ, ਜਵਾਬ ਦਿੱਤਾ, ਮੈਂ ਆਪਣੀ ਖੁਸ਼ੀ ਨਾਲ ਬਿਨਾਂ ਕਿਸੇ ਡਰ ਜਾਂ ਮਜਬੂਰੀ ਤੋਂ ਆਪਣਾ ਇਕਬਾਲੀਆ ਬਿਆਨ ਦੇਣਾ ਚਾਹੁੰਦਾ ਹਾਂ। ਫਿਰ ਪੁੱਛਿਆ ਗਿਆ ਕਿ ਤੁਹਾਨੂੰ ਇਹ ਪਤਾ ਹੈ ਕਿ ਜੇ ਇਕਬਾਲੀਆ ਬਿਆਨ ਦਿੱਤਾ ਤਾਂ ਤੁਸੀਂ ਆਪਦੇ ਖਿਲਾਫ਼ ਬਤੌਰ ਸ਼ਹਾਦਤ ਪੇਸ਼ ਕੀਤਾ ਜਾ ਸਕਦਾ ਹੈ? ਜੀ ਹਾਂ, ਮੈਂ ਸਾਰੀ ਗੱਲ ਸਮਝਦਾ ਹਾਂ, ਇਹਦੇ ਸਾਈਨ ਹੋਏ ਹੋਏ ਆ। ਹੁਣ ਅੱਗੇ ਇਹਨਾਂ ਦੇ ਬਿਆਨ ਸ਼ੁਰੂ ਹੁੰਦੇ ਆ। ਬਿਆਨ ਜਾਣੇ ਭਾਰਤ ਭੂਸ਼ਣ ਆਸ਼ੂ ਪੁੱਤਰ ਲੇਟ ਨਰਾਇਣ ਦਾਸ ਕੌਮ ਪੰਡਤ ਵਾਸੀ 50 ਮਾਡਲ ਗ੍ਰਾਮ ਲੁਧਿਆਣਾ। ਮੇਰੇ ਬਾਪ ਸ਼੍ਰੀ ਨਰਾਇਣ ਦਾਸ ਨੂੰ ਮੇਰੇ ਤਾਏ ਰਾਮ ਪ੍ਰਕਾਸ਼ ਅਤੇ ਜਗਦੀਸ਼ ਚੰਦ ਨੇ ਸਮੇਤ ਮੇਰੀ ਮਾਤਾ ਦੇ ਕਤਲ ਕਰ ਦਿੱਤਾ ਸੀ। ਜਗਦੀਸ਼ ਚੰਦ ਨੂੰ ਉਮਰ ਕੈਦ ਹੋਈ ਸੀ ਅਤੇ ਰਾਮ ਪ੍ਰਕਾਸ਼ ਬਰੀ ਹੋ ਗਿਆ ਸੀ। ਚਰਨਜੀਤ ਉਰਫ ਚੰਨਾ, ਜੋ ਕਿ BTF ਪਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਜਿਹੜੇ ਹੈਗੇ ਸੀਗੇ ਮੇਨ ਅੱਤਵਾਦੀ ਸੀਗੇ, ਉਰਫ ਸਵਰਨਜੀਤ ਸਿੰਘ ਵਾਸੀ ਗਿਆਸਪੁਰਾ, ਮੇਰੇ ਬਾਪ ਨਰਾਇਣ ਦਾਸ ਕੋਲ ਆਉਂਦਾ ਹੁੰਦਾ ਸੀ। ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਮੇਰੀ ਡੇਅਰੀ ਬਣਾਈ ਹੋਈ ਹੈ, ਜੋ ਨਰਿੰਦਰ ਕੁਮਾਰ ਉਰਫ ਕਾਲਾ, ਜੋ ਕਿ ਮੇਰੇ ਤਾਏ ਦਾ ਲੜਕਾ ਹੈ, ਦੀ ਡੇਅਰੀ ਦੇ ਨਾਲ ਲੱਗਦੀ ਹੈ। ਜਿਸ ਪਾਸ ਵੀ ਚਰਨਜੀਤ ਸਿਰਫ ਚੰਨਾ, ਉਸਦਾ ਭਾਈ ਜਰਨੈਲ ਸਿੰਘ ਜੋ ਟੈਲੀਫੋਨ ਮਹਿਕਮੇ ਵਿੱਚ ਲੱਗਾ ਹੋਇਆ ਹੈ ਵੀ ਆਉਂਦਾ ਸੀ। ਕਈ ਵਾਰੀ ਇਸ ਦੇ ਨਾਲ ਦਰਸ਼ਨ ਸਿੰਘ ਲਸੋਈ, ਜੱਸਾ ਮੁੱਲਾਪੁਰੀਆ ਉਰਫ ਮਲਕੀਤ ਸਿੰਘ ਹਿੱਸੋਵਾਲ, ਦਵਿੰਦਰ ਸਿੰਘ ਪੌਤ, ਰਜਿੰਦਰ ਸਿੰਘ ਮਾਇਆ ਨਗਰ ਵੀ ਆਉਂਦੇ।
ਫਰਵਰੀ 1992 ਦੀ ਗੱਲ ਹੈ, ਮੈਂ ਅਤੇ ਨਰਿੰਦਰ ਕੁਮਾਰ ਉਰਫ ਕਾਲਾ ਅਤੇ ਉਸਦਾ ਬਾਪ ਕ੍ਰਿਸ਼ਨ ਲਾਲ ਇਹਨਾਂ ਦੀ ਡੇਅਰੀ 'ਤੇ ਬੈਠੇ ਗੱਲਾਂ ਕਰਦੇ ਸੀ ਤਾਂ ਉੱਥੇ ਰਮੇਸ਼ ਕੁਮਾਰ ਬੌਬੀ ਜੋ ਇਹਨਾਂ ਦਾ ਗੁਆਂਢੀ ਹੈ ਅਤੇ ਨਰਿੰਦਰ ਕੁਮਾਰ ਉਰਫ ਕਾਕਾ ਜੋ ਕਿ ਮੇਰੇ ਮਾਮੇ ਦਾ ਲੜਕਾ ਹੈ ਅਤੇ ਮੇਰੀ ਡੇਅਰੀ 'ਤੇ ਨੌਕਰੀ ਕਰਦਾ ਹੈ ਆ ਗਏ ਤਾਂ ਮੇਰੇ ਤਾਏ ਕ੍ਰਿਸ਼ਨ ਲਾਲ ਨੇ ਕਿਹਾ ਕਿ ਤੁਸੀਂ ਸਾਰੇ ਢਿੱਲੇ ਹੋ, ਜਿਹੜਾ ਕੰਮ ਆਪਾਂ ਰਾਮ ਪ੍ਰਕਾਸ਼ ਵਾਲਾ ਕਰਨ ਬਾਰੇ ਸਲਾਹ ਬਣਾਈ ਹੈ ਉਹ ਚੰਨੇ ਹੋਰਾਂ ਤੋਂ ਕਰਵਾਓ। ਰਾਮ ਪ੍ਰਕਾਸ਼ ਵਾਲਾ ਕੰਮ ਸੀ ਕਿ ਉਹਦਾ ਮਰਡਰ ਕਰਵਾਉਣਾ ਸੀ ਇਹਨਾਂ ਨੇ ਐਕਸਟ੍ਰੀਮਿਸਟਾਂ ਤੋਂ ਜੀ, ਉਹ ਚੰਨੇ ਹੋਰਾਂ ਤੋਂ ਕਰਵਾਓ। ਤਾਂ ਇੰਨੇ ਵਿੱਚ ਅਚਾਨਕ ਚਰਨਜੀਤ ਚੰਨਾ ਅਤੇ ਸਵਰਨਜੀਤ ਦਰਸ਼ਨ ਸਿੰਘ ਲਸੋਈ ਵਾਲਾ ਆ ਗਏ ਜਿਨ੍ਹਾਂ ਨਾਲ ਨਰਿੰਦਰ ਕੁਮਾਰ ਉਰਫ ਕਾਲਾ ਨੇ ਇਸ ਬਾਰੇ ਗੱਲ ਕੀਤੀ ਤਾਂ ਅਸੀਂ ਸਾਰਿਆਂ ਨੇ ਰਲ ਕੇ ਮੇਰੇ ਤਾਏ ਰਾਮ ਪ੍ਰਕਾਸ਼ ਨੂੰ ਮਾਰਨ ਦੀ ਸਕੀਮ ਬਣਾ ਲਈ। ਇੱਕ ਪਹਿਲਾ ਕੇਸ ਆ ਗਿਆ ਜੀ ਕੰਸਪਰੇਸੀ ਆਫ ਮਰਡਰ ਦਾ, ਠੀਕ ਹੈ, ਜਿਹਦੇ ਵਿੱਚ ਤੁਸੀਂ ਸਾਜਿਸ਼ ਕਰਦੇ ਕਿਸੇ ਨੂੰ ਕਤਲ ਕਰਨ ਦੀ। ਅਸੀਂ ਸਾਰਿਆਂ ਨੇ ਚੰਨੇ ਅਤੇ ਦਰਸ਼ਨ ਸਿੰਘ ਨੂੰ ਯਕੀਨ ਦਵਾਇਆ ਕਿ ਤੁਸੀਂ ਸਾਡੇ ਕੋਲ ਪੱਕੀ ਠਹਿਰ ਬਣਾ ਲਓ, ਅਸੀਂ ਤੁਹਾਡੀ ਹਰ ਪੱਖੋਂ ਇਮਦਾਦ ਕਰਾਂਗੇ, ਤੁਸੀਂ ਰਾਮ ਪ੍ਰਕਾਸ਼ ਨੂੰ ਮਾਰ ਕੇ ਸਾਡਾ ਬਦਲਾ ਲੈ ਦਿਓ। ਇਸ ਤੋਂ ਬਾਅਦ ਇਹ ਲਗਾਤਾਰ ਸਾਡੇ ਕੋਲ ਆਉਂਦੇ ਰਹੇ ਅਤੇ ਕਹਿੰਦੇ ਸੀ ਤੁਹਾਡਾ ਕੰਮ ਜ਼ਰੂਰ ਕਰ ਦਿਆਂਗੇ। ਉਸ ਤੋਂ ਬਾਅਦ ਜੀ ਮਿਤੀ 4/4/92 ਨੂੰ ਮੈਂ ਆਪਣੀ ਡੇਅਰੀ 'ਤੇ ਮੌਜੂਦ ਸੀ ਤਾਂ ਸਵਰਨਜੀਤ ਸਿੰਘ ਉਰਫ ਚੰਨਾ ਜਿਸ ਦਾ ਭਾਈ ਜਰਨੈਲ ਸਿੰਘ ਅਤੇ ਇੱਕ ਹੋਰ ਮੁੰਡਾ ਜਿਸ ਨੂੰ ਪ੍ਰਧਾਨ ਕਹਿੰਦੇ ਸੀ ਆਏ। ਚੰਨੇ ਨੇ ਮੇਰੇ ਨਾਲ ਸਲਾਹ ਕੀਤੀ ਕਿ ਲੁਧਿਆਣਾ ਸ਼ਹਿਰ ਵਿੱਚ ਅੱਜ ਬੰਬ ਧਮਾਕਾ ਕਰਨਾ ਹੈ, ਦੱਸੋ ਕਿਸ ਜਗ੍ਹਾ ਕਰੀਏ। ਤਾਂ ਮੈਂ ਕਿਹਾ ਕਿ ਗੁੜ ਮੰਡੀ ਵਾਲੇ ਪਾਸੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ, ਉੱਥੇ ਕਰ ਲਓ ਅਤੇ ਨਾਲੇ ਅੱਜ ਮੇਰੇ ਤਾਏ ਵਾਲਾ ਕੰਮ ਵੀ ਜ਼ਰੂਰ ਕਰੋ। ਜਿਨ੍ਹਾਂ ਨੇ ਕਿਹਾ ਇਹ ਗੁੜ ਮੰਡੀ ਵਾਲੇ ਬਲਾਸਟ ਦੀ ਜਿਹੜੀ ਇਹਨਾਂ ਦੀ ਉਹ ਸ਼ਮੂਲੀਅਤ ਉਹ ਹੈ ਜੀ, ਠੀਕ ਹੈ, ਜਿਨ੍ਹਾਂ ਨੇ ਕਿਹਾ ਕਿ ਠੀਕ ਹੈ ਕਰ ਦੇਵਾਂਗੇ। ਅਤੇ ਮੇਰੇ ਤੋਂ ਨਰਿੰਦਰ ਕੁਮਾਰ ਉਰਫ ਕਾਲੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਡੇਅਰੀ ਪਰ ਰਹੀ ਹੈ, ਉਹਦੇ ਨਾਲ ਵੀ ਗੱਲ ਕਰ ਲਓ। ਜੋ ਤਿੰਨੇ ਮੇਰੇ ਸਾਹਮਣੇ ਕਾਲੇ ਦੀ ਡੇਅਰੀ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਦੋ ਬੰਬ ਤਿਆਰ ਕੀਤੇ ਅਤੇ ਗੁੜ ਮੰਡੀ ਵੱਲ ਚਲੇ ਗਏ। ਸ਼ਾਮ ਨੂੰ ਇਹ ਤਿੰਨੇ ਵਾਪਸ ਕਾਲੇ ਦੀ ਡੇਅਰੀ 'ਤੇ ਆ ਗਏ ਜਿਨ੍ਹਾਂ ਨੂੰ ਮੈਂ ਮਿਲਿਆ ਤਾਂ ਚੰਨੇ ਨੇ ਦੱਸਿਆ ਕਿ ਗੁੜ ਮੰਡੀ ਵਿੱਚ ਬੰਬ ਧਮਾਕਾ ਕਰ ਆਏ ਹਾਂ, ਤੇਰੇ ਤਾਏ ਵਾਲਾ ਕੰਮ ਵੀ 2-4 ਦਿਨਾਂ ਵਿੱਚ ਕਰ ਦਿਆਂਗੇ ਅਤੇ ਰਾਤ ਡੇਅਰੀ ਵਿੱਚ ਹੀ ਰਹੇ। ਫਿਰ ਅਗਲਾ ਇੰਸੀਡੈਂਟ ਹੈ, ਇੱਕ ਦਿਨ ਸੁਬਾਹ ਮੈਂ ਆਪਣੀ ਡੇਅਰੀ ਵਿੱਚ ਹਾਜ਼ਰ ਸੀ ਤਾਂ ਦਰਸ਼ਨ ਸਿੰਘ ਲਸੋਈ ਅਤੇ ਚੰਨਾ ਮੁਜੱਸਾ ਮੁੱਲਿਆ ਭਰੀਆ ਕਾਲੇ ਦੀ ਡੇਅਰੀ ਤੋਂ ਮੇਰੇ ਪਾਸ ਆਏ ਅਤੇ ਗੱਲਾਂ ਗੱਲਾਂ ਵਿੱਚ ਮੈਨੂੰ ਦੱਸਿਆ ਕਿ ਪਿੰਡ ਅਜਨੌਰ ਦੇ ਵਿੱਚ 3 ਮੁਖਬਰ ਔਰਤਾਂ ਨੂੰ ਸੋਧ ਦਿੱਤਾ ਹੈ, 3 ਔਰਤਾਂ ਨੂੰ ਕਤਲ ਕਰ ਦਿੱਤਾ ਹੈ ਇਹਨੂੰ ਦੱਸਿਆ ਗਿਆ ਤਾਂ। ਅਤੇ ਕਿਚਲੂ ਨਗਰ ਲੁਧਿਆਣਾ ਵਿੱਚ ਵੀ ਫਾਇਰਿੰਗ ਕੀਤੀ ਸੀ, ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਸੀ ਅਤੇ ਅਸਾਲਟ ਚੱਲੀ ਨਹੀਂ, ਅੱਗੋਂ ਮੁਲਾਜ਼ਮ ਪੈ ਗਏ ਅਤੇ ਭੱਜੇ ਆਏ ਹਾਂ। ਤਾਂ ਮੈਂ ਅੱਗੋਂ ਕਿਹਾ ਕਿ ਹੋਰ ਕੰਮ ਕਰੀ ਜਾਂਦੇ ਹੋ, ਮੇਰੇ ਤਾਏ ਵਾਲਾ ਕੰਮ ਵੀ ਕਰ ਦਿਓ। ਤਾਂ ਚੰਨੀ ਕਹਿਣ ਲੱਗਾ ਕਿ ਮੈਨੂੰ ਤੇਰੇ ਨਾਲੋਂ ਜ਼ਿਆਦਾ ਫਿਕਰ ਹੈ, ਇਹ ਜ਼ਿੰਮੇਵਾਰੀ ਮੈਂ ਲਈ ਹੈ, ਜ਼ਰੂਰ ਕਰਾਂਗਾ। ਇਹ ਹੈ ਜੀ ਕਨਫੈਸ਼ਨਲ ਸਟੇਟਮੈਂਟ ਇਹਨਾਂ ਦੀ ਭਾਰਤ ਭੂਸ਼ਣ ਆਸ਼ੂਰਾ ਦੀ। ਹੁਣ ਇਹਦੇ 'ਚ ਤੁਸੀਂ ਦੇਖ ਲਓ, ਹਾਂਜੀ ਉਹ ਚੈਲੰਜ ਨਹੀਂ ਕੀਤਾ, ਰਿਕੁਐਸਟ ਕੀ ਹੈ, ਮੈਨੇ ਚੈਲੰਜ ਥੋੜ੍ਹਾ ਕਰ ਸਕਦਾ ਹੂੰ, ਰਿਕੁਐਸਟ ਕੀ ਹੈ ਹਾਈ ਕੋਰਟ ਕੋ ਆਪਣਾ ਉਹ ਕਰਨੇ ਕੇ ਲਈ, ਇੱਕ ਇੱਕ ਪੁੱਛ ਲਈਏ ਜੀ ਕਰਕੇ। ਹਾਂਜੀ ਹਾਂਜੀ, ਸਿਰਫ 212-216 ਦਾ ਇੱਕ ਚਲਾਨ ਪੇਸ਼ ਕੀਤਾ ਗਿਆ, ਸਿਰਫ ਦੋ। ਮੈਂ ਤੁਹਾਨੂੰ ਕਿਹਾ ਸੀ 95% ਨਹੀਂ ਛੱਡਿਆ, 5% ਕੰਮ ਕੀਤਾ ਗਿਆ ਉਦੋਂ ਦੇ ਪੁਲਿਸ ਅਫਸਰਾਂ ਨੂੰ। ਇਹਨਾਂ ਸਾਰੀਆਂ ਦੇਖੋ, ਇੱਕੋ ਲੁਧਿਆਣੇ ਸ਼ਹਿਰ ਦੇ ਇਹ ਇੰਸੀਡੈਂਟ ਆ ਸਾਰੇ, ਉਦੋਂ ਇੱਕੋ ਜ਼ਿਲ੍ਹਾ ਸੀਗਾ ਇਹ, ਖੰਨਾ ਦੇ ਬਾਅਦ 'ਚ ਬਣੇ ਸੀ, ਪਾਇਲ ਥਾਣਾ ਵੀ ਇਹਦੇ 'ਚ ਪੈਂਦਾ ਸੀਗਾ। ਉਹਨੂੰ ਇੰਟੀਮੇਸ਼ਨ ਭੇਜਣੀ ਬਣਦੀ ਸੀ, ਉਹ ਕਿਹਾ ਗਿਆ ਸੀ ਕਿ 3 ਕਤਲ ਜਿਹੜੇ ਹੈਗੇ ਇਹਨਾਂ ਬੰਦੇ ਨੇ ਕੀਤੇ ਜਿਹੜੇ ਸਾਡੇ ਕੋਲ। ਉਹ ਸਿਰਫ 50 ਮੁਕੱਦਮਾ ਜਿਹੜਾ ਟਾਟਾ ਐਕਟ ਦੇ ਵਿੱਚ ਜਿਹੜਾ ਹੋਇਆ, ਪਨਾਹ ਦਾ ਹੁੰਦਾ 212-216 ਕਿਸੇ ਨੂੰ ਪਨਾਹ ਦੇਣਾ ਟੈਰਿਸਟ ਨੂੰ, ਓਨਲੀ ਉਹ ਹੋਇਆ ਸਿਰਫ, ਠੀਕ ਹੈ। ਮੈਂ ਬਾਰ ਬਾਰ ਕਹਿੰਦਾ ਕਿ 5% ਹੋਇਆ, 95% ਬਾਕੀ ਹੈਗਾ, 3 ਮਰਡਰ ਇਹਨਾਂ ਨੇ ਇਕਬਾਲ ਕੀਤੇ, ਨਹੀਂ ਇੰਟੀਮੇਸ਼ਨ ਗਈ ਹੋਈ। ਔਰ ਸਭ ਤੋਂ ਵੱਡੀ ਇੱਕ ਹੋਰ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਜਿਹੜਾ ਬੰਬ ਬਲਾਸਟ ਵਾਲਾ ਕੇਸ ਹੈ ਨਾ, ਉਹ ਚਲਾਨ ਹੋਇਆ ਉਦੋਂ ਬਾਅਦ ਉਹਨਾਂ ਹੀ ਬੰਦਿਆਂ ਦੇ ਖਿਲਾਫ ਜਿਹਨਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਹੋਇਆ, ਠੀਕ ਹੈ। ਉਸ ਚਲਾਨ ਦੇ ਵਿੱਚ ਸਟੇਟਮੈਂਟ ਲੱਗੀ ਹੋਈ ਹੈ ਉਸ ਕੇਸ ਦੇ ਵਿੱਚ, ਇਸ ਦੇ ਬਾਵਜੂਦ ਵੀ ਪ੍ਰੋਸੀਕਿਊਸ਼ਨ ਨੇ ਇਹਨਾਂ ਨੂੰ ਚਲਾਨ ਹੀ ਨਹੀਂ ਕੀਤਾ। ਇਸ ਤੋਂ ਵੱਡਾ ਕੋਈ ਮੇਜਰ ਚੀਜ਼ ਨਹੀਂ ਹੋ ਸਕਦੀ ਜਿਹੜੀ ਮੈਂ ਹੁਣ ਤੱਕ ਤੁਹਾਨੂੰ ਦੱਸੀ ਹੈ, ਵੀ ਇੱਕ ਚਲਾਨ ਪੇਸ਼ ਹੋ ਗਿਆ ਉਹਦੇ ਵਿੱਚ ਸਟੇਟਮੈਂਟ ਲੱਗੀ ਹੋਈ ਹੈ, ਇਹ ਵਾਲੀ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ, ਠੀਕ ਹੈ, ਇਹਦੇ ਮਤਲਬ ਤਾਏ ਦੇ ਮੁੰਡੇ ਦੀ, ਠੀਕ ਹੈ, ਸੇਮ ਹੈ ਆਲਮੋਸਟ, ਠੀਕ ਹੈ। ਤਾਂ ਉਹ ਮਤਲਬ ਉਹਦੇ ਵਿੱਚ ਤਾਂ ਕੋਈ ਦੁਨੀਆ ਦੀ ਤਾਕਤ ਹੀ ਨਹੀਂ ਸੋਕ ਸਕਦੀ ਸੀ ਕਿ ਮਤਲਬ ਇਹ ਚਲਾਨ ਵਿੱਚ ਇਹਨਾਂ ਨਾ ਕੀਤਾ ਜਾਂਦਾ ਬਤਾਓ ਕੁਛ। ਜੀ ਆਸ਼ੂ ਨੂੰ ਕਿਹੜੀ ਸ਼ਹਿਰ ਬਾਰੇ ਤੁਹਾਨੂੰ ਮੈਂ ਨਹੀਂ ਦੱਸਦਾ ਹੁਣ, ਅੱਤਵਾਦ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ 92 ਦੀ, ਠੀਕ ਹੈ। 92 ਵਿੱਚ ਇਹ ਇੰਨੇ ਸਟਰੋਂਗ ਸੀ ਕਿ ਉਹਨਾਂ ਕੇਸਾਂ ਦੇ ਵਿੱਚੋਂ ਬਚੇ। ਤੁਹਾਡੇ ਸਾਹਮਣੇ ਮੈਂ ਕੁਛ ਨਹੀਂ ਕਿਹਾ, ਸਾਰਿਆਂ 'ਚ ਲੱਗੂਗੀ ਜੀ, ਜਿਹੜੀ ਐਕਟੀਵਿਟੀ ਨਾ ਹੋਣਾ, ਮਤਲਬ ਸਾਜਿਸ਼ ਤਾਂ ਸ਼ਾਮਿਲ ਹੈ ਨਾ, ਸਾਰਿਆਂ 'ਚ ਚਲਾਨ ਹੋਣਾ। ਤੁਸੀਂ ਸੈਕਸ਼ਨ 15 ਪੜ੍ਹ ਲਓ, ਇਹੀ ਡਿਫਰੈਂਸ ਸੀ ਜਿਹੜਾ ਅਸੀਂ ਇੰਨਾ ਐਜੀਟੇਟ ਕੀਤਾ ਹੈ ਕਿ ਕਨਫੈਸ਼ਨ ਫੋਰ ਅ ਸੁਪਰਡੈਂਟ ਆਫ ਪੁਲਿਸ ਔਰ ਅਬਵ ਇਜ਼ ਅਡਮਿਸੀਬਲ ਐਵੀਡੈਂਸ ਇਕੁਅਲੈਂਟ ਟੂ ਦਾ ਮੈਜਿਸਟ੍ਰੇਟ ਕਨਫੈਸ਼ਨ ਐਂਡ ਔਨ ਦਿਸ ਬੇਸਿਸ ਅ ਪਰਸਨ ਕੈਨ ਬੀ ਕਨਵਿਕਟਡ। ਸੁਪਰੀਮ ਕੋਰਟ ਨੇ ਅਪੀਲ ਕੀਤਾ, ਸੁਪਰੀਮ ਕੋਰਟ ਨੇ ਟਾਟਾ ਦੀ ਵਾਇਰਿਸ ਅਪੀਲ ਕੀਤੀ ਹੈ, ਟਾਟਾ ਦਾ ਅਪੀਲ ਹੋਇਆ ਸੀ ਬਾਈ ਪਾਰਲੀਮੈਂਟ, ਇਹਦੀ ਵਾਇਰਿਸ ਅਪੀਲ ਕੀਤੀ ਹੈ। ਸਾਡੇ ਹਾਈ ਕੋਰਟ ਨੇ ਇਹਨੂੰ ਕਿਹਾ ਸੀ ਕਿ ਇਹ ਗਲਤ ਹੈ,
ਸਾਡੇ ਹਾਈ ਕੋਰਟ ਨੇ ਬਿਮਲ ਕੌਰ ਫੈਸਲਾ ਦੇ ਫੁੱਲ ਬੈਂਚ ਨੇ ਕਿਹਾ ਸੀ ਇਹ ਗਲਤ ਹੈ, ਪ੍ਰੋਵੀਜ਼ਨ ਵੀ ਗਲਤ ਹੈ, ਮਗਰ ਸੁਪਰੀਮ ਕੋਰਟ ਨੇ ਉਸ ਫੈਸਲਾ ਬਦਲ ਦਿੱਤਾ ਸੀ। ਇਸੇ ਕਰਕੇ ਲੀਗਲ ਪ੍ਰੋਵੀਜ਼ਨ ਹੈ ਔਰ ਬਹੁਤ ਜ਼ਿਆਦਾ ਲੋਕਾਂ ਨੂੰ ਸਜ਼ਾਵਾਂ ਹੋਈਆਂ ਇੱਦਾਂ ਦੇ ਕਨਫੈਸ਼ਨਾਂ 'ਤੇ। ਹਰ ਕੇਸ ਵਿੱਚ ਉੱਥੇ ਕਨਫੈਸ਼ਨ ਹੁੰਦਾ ਸੀ। ਟਾਡਾ ਬਦਨਾਮ ਵੀ ਇਸ ਲਈ ਹੋਇਆ ਸੀ ਕਿ ਬੜਾ ਆਸਾਨ ਹੁੰਦਾ ਹੈ, ਮਗਰ ਇਹ ਪੂਰਾ ਐਡਮਿਸਿਬਲ ਐਵੀਡੈਂਸ। ਸਾਨੂੰ ਦੋ ਤਿੰਨ ਤਰੀਕੇ ਹੈ, ਜਾਂ ਅਸੀਂ ਥੱਲੇ ਕੋਰਟ ਵਿੱਚ ਐਪਲੀਕੇਸ਼ਨ ਦੇਈਏ, ਕ੍ਰਿਮੀਨਲ ਕੰਪਲੇਂਟ ਫਾਈਲ ਕਰੀਏ, ਜਾਂ ਆਪਾਂ ਹਾਈ ਕੋਰਟ ਕੋਲ ਆਈਏ, ਜਾਂ ਅਸੀਂ ਸਰਕਾਰ ਨੂੰ ਅਪੀਲ ਕਰੀਏ ਕਿ ਤੁਸੀਂ ਪ੍ਰੈਜੈਂਟੇਸ਼ਨ ਕਰਾਓ ਚਲਾਉਣ ਦੀ ਕਿ ਤੁਸੀਂ ਇੱਕ ਘਾਟ ਹੈ, ਤੁਸੀਂ ਨਹੀਂ ਕੀਤਾ, ਇਹ ਇਹ ਪੂਰਾ ਐਵੀਡੈਂਸ ਐਗਜਿਸਟ ਕਰਦਾ ਹੈਗਾ। ਅਤੇ ਉਸ ਵੇਲੇ ਦੇ ਵੇਲੇ ਤੇ ਕੋਈ ਮੁਜਰ ਰਹਿ ਤਾਂ ਉਹਦੇ ਖਿਲਾਫ਼ ਦੁਬਾਰਾ ਮੁਕੱਦਮਾ ਚਲਾਨ ਪੇਸ਼ ਹੋਣਾ, ਮੁਕੱਦਮਾ ਦਰਜ ਆਲਰੇਡੀ ਹੈਗਾ, ਸਭ ਕੁਛ ਹੈਗਾ, ਤੁਸੀਂ ਚਲਾਨ ਹੀ ਪੇਸ਼ ਕਰਨਾ। ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਆਲਰੇਡੀ ਡਿਟੇਲ ਐਪਲੀਕੇਸ਼ਨ ਦੇ ਚੁੱਕੇ ਹਾਂ, ਕਮਿਸ਼ਨਰ ਆਫ ਪੁਲਿਸ ਨੂੰ ਲੁਧਿਆਣਾ। ਸੋ ਜੇ ਤਾਂ ਉਹ ਐਕਸ਼ਨ ਲੈਣ ਦੀ ਬੜੀ ਚੰਗੀ ਗੱਲ ਹੈ, ਨਹੀਂ ਤਾਂ ਅਸੀਂ ਮੈਜਿਸਟਰੇਟ ਕੋਲ ਵੀ ਜਾ ਸਕਦੇ ਹੈਗੇ ਹਾਂ, ਬਟ ਹਾਈ ਕੋਰਟ ਕੋਲ ਵੀ ਆ ਸਕਦੇ। ਲੱਗੀ ਹੋਈ ਹੈ, ਹਾਂ, ਇਸੀਲੀਏ ਤਾਂ ਸਭ ਜ਼ਿਆਦਾ ਨੋਰਮਲੀ ਕੋਰਟ ਨਹੀਂ ਕਰਤੀ, ਇਟਸ ਆ ਪਬਲਿਕ ਪ੍ਰੋਸੀਕਿਊਟਰ ਜਾਂ ਡਿਸਟ੍ਰਿਕਟ ਅਟਾਰਨੀ ਕਾ ਕਾਮ ਥਾ, ਜਾਂ ਫਿਰ ਇਨਵੈਸਟੀਗੇਸ਼ਨ ਆਫਿਸਰ ਕਾ ਕਾਮ ਥਾ, ਤੋ ਕਿਸੀ ਲੈਵਲ ਪੇ ਤੋ ਮੈਨੇਜ ਹੁਆ ਹੀ ਹੈ ਨਾ। ਔਰ ਇਹ ਚੀਜ਼ਾਂ ਐਸੇ ਅਨਹੋਣੀ ਨਹੀਂ ਹੈ ਕਿ ਕਭੀ ਹੋਤੀ ਨਹੀਂ, ਹਮਾਰੇ ਕੇਸ ਹਮਾਰੇ ਮੁਲਕ ਮੇਂ ਬਹੁਤ ਬਾਰ ਇਨਫਲੂਐਂਸ਼ੀਅਲ ਪਰਸਨ ਬਚ ਜਾਤੇ ਹੈ ਕ੍ਰਿਮੀਨਲ ਪ੍ਰੋਸੀਕਿਊਸ਼ਨ ਸੇ, ਜਬ ਤੱਕ ਹਾਈਲਾਈਟ ਨਾ ਕੀਆ ਜਾਏ। ਤੋ ਇਸੀ ਤਰ੍ਹਾਂ ਚਾਹੇ ਲੇਟ ਹੈ, ਔਰ ਕ੍ਰਿਮੀਨਲ ਲਾਅ ਮੇਂ ਇਸ ਤਰ੍ਹਾਂ ਕੇ ਕ੍ਰਾਈਮ ਮੇਂ ਕੋਈ ਡਿਲੇ ਨਹੀਂ ਹੋਤਾ, ਚਾਹੇ 10 ਸਾਲ ਹੋ, ਚਾਹੇ 20 ਸਾਲ ਹੋ, ਚਾਹੇ 30 ਸਾਲ, ਮਰਡਰ ਕੇਸ ਮੇਂ ਕੋਈ ਡਿਲੇ ਨਹੀਂ। ਜਬ ਵੀ ਕੋਈ ਆਪ ਰੈਲੇਵੈਂਟ ਫੈਕਟਸ ਕੋਰਟ ਕੇ ਆਗੇ ਲਾਏ ਤੋ ਕੋਰਟ ਸਿੱਧਾ ਕੋਗਨੀਜ਼ੈਂਸ ਲੈ ਸਕਦੀ ਹੈ ਔਰ ਮੁਕੱਦਮਾ ਸਟਾਰਟ ਕਰ ਸਕਦੀ ਹੈ। ਇਹਦੇ ਵਿੱਚ ਸਾਜਿਸ਼ ਹੁੰਦੀ ਤਾਂ ਮੈਂ ਨਾਲ ਕਦੇ ਨਾ ਬਹਿੰਦਾ, ਜੇ ਇੱਥੇ ਜੁਡੀਸ਼ੀਅਲ ਰਿਕਾਰਡ ਨਾ ਹੁੰਦਾ ਤਾਂ ਮੈਂ ਨਾਲ ਨਾ ਹੁੰਦਾ। ਔਰ ਤੁਸੀਂ ਜਾਣਦੇ ਹੋ ਮੇਰੇ ਕੋਈ ਪੋਲੀਟੀਕਲ ਪਾਰਟੀ ਨਾਲ ਕੋਈ ਐਫੀਲੇਸ਼ਨ ਨਹੀਂ, ਅਸੀਂ ਮੇਰੇ ਨਾਲ ਬੈਠਣਾ ਇਹੀ ਤਸੱਲੀ ਦਾ ਹੋਏਗਾ ਕਿ ਇਹਨਾਂ ਦੇ ਪਿੱਛੇ ਕਿਹੜੀ ਤਾਕਤ ਹੈ। ਤਾਂ ਇਹ ਅਲਟੀਮੇਟਲੀ ਇਹਨਾਂ ਨੇ ਅਪਰੋਚ ਕੀਤਾ, ਜਿਸ ਤਰ੍ਹਾਂ ਅਸੀਂ ਡੀ ਆਈ ਜੀ ਕੁਲਤਾਰ ਸਿੰਘ ਨੂੰ 16 ਸਾਲ ਦੀ ਮਿਹਨਤ ਤੋਂ ਬਾਅਦ ਸਜ਼ਾ ਦਵਾਈ ਹੈ, ਸਾਰੀ ਇਸਟੈਬਲਿਸ਼ਮੈਂਟ ਉਹਦੇ ਨਾਲ ਰਲ ਗਈ ਸੀ, ਉਸ ਦੇ ਬਾਵਜੂਦ ਕੋਈ 50 ਪਟੀਸ਼ਨਾਂ ਹਾਈ ਕੋਰਟ ਵਿੱਚ ਹੋਈਆਂ। 16 ਸਾਲ ਦੀ ਮਿਹਨਤ ਨਾਲ ਆਪ ਕੰਪਲੇਂਟ ਕਰਕੇ ਕਿ ਉਸ ਪਰਿਵਾਰ ਦਾ ਕੋਈ ਬੱਚਾ ਨਹੀਂ ਸੀ, ਉਹਦੇ 'ਚ ਪੈਰ ਵੀ ਹੋ ਨਹੀਂ ਸਕਦਾ ਸੀ, ਆਪਣਾ ਬੇਬੀ ਬਣਾਉਣਾ ਪਿਆ। ਸੋ ਇਸ ਕਰਕੇ ਇਹਨਾਂ ਦੇ ਜਦੋਂ ਰਿਕਾਰਡ ਦੇਖਿਆ ਕਿ ਜੁਡੀਸ਼ੀਅਲ ਰਿਕਾਰਡ ਹੈ, ਤਾਂ ਇਹੋ ਜਿਹਾ ਬੰਦਾ ਉਸ ਲੈਵਲ 'ਤੇ ਪਹੁੰਚ ਗਿਆ, ਉਸ ਦੇ ਬਾਵਜੂਦ ਅਸੀਂ ਮੈਂ ਇਹਦਾ ਵਕੀਲ ਬਣਿਆ ਔਰ ਤਾਂ ਹੀ ਇਹਨਾਂ ਦਾ ਕੇਸ ਕੀਤਾ। ਕਿਉਂਕਿ ਅਲਟੀਮੇਟਲੀ ਇੱਕ ਮਿਨਿਸਟਰ ਨਾਲ, ਕੈਬਨਿਟ ਮਿਨਿਸਟਰ ਨਾਲ ਕਿਸੇ ਮੁਲਾਜ਼ਮ ਨੂੰ ਸਟਰਗਲ ਕਰਨਾ ਜਾਂ ਉਹ ਚੀਜ਼ਾਂ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਹੀ ਮੁਸ਼ਕਲ ਹੈ। ਜਿਹੜੇ ਜਿਹੜੇ ਆਊਟ ਆਫ ਦਾ ਗਵਰਨਮੈਂਟ ਇਸਟੈਬਲਿਸ਼ਮੈਂਟ ਉਹ ਤਾਂ ਕਰ ਸਕਦੇ ਨੇ ਫਿਰ ਵੀ, ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਤਾਂ ਬੜਾ ਮੁਸ਼ਕਲ ਹੈ ਚੁੱਪ ਕਰਾਉਣਾ, ਮਾਰਿਆ ਜਾ ਸਕਦਾ, ਚੁੱਪ ਕਰਾਉਣਾ ਮੁਸ਼ਕਲ ਹੈ। ਮਗਰ ਫਾਰ ਅ ਪਬਲਿਕ ਸਰਵੈਂਟ, ਜਿਹੜਾ ਆਪ ਪਬਲਿਕ ਸਰਵੈਂਟ ਹੋਣ, ਪਬਲਿਕ ਸਿਵਲ ਸਰਵਿਸ ਡਿਸਿਪਲਿਨ ਦੇ ਵਿੱਚ ਹੋਏ, ਉਹਨਾਂ ਲਈ ਬਹੁਤ ਹੀ ਮੁਸ਼ਕਲ ਹੁੰਦਾ ਹੈ। ਔਰ ਅਸੀਂ ਆਪ ਦੇਖਿਆ ਕਿ ਬਹੁਤ ਘੱਟ ਪਬਲਿਕ ਸਰਵੈਂਟ ਇੰਨੀ ਹਿੰਮਤ ਕਰਦੇ ਆ ਔਰ ਇੰਨੀ ਕੋਸ਼ਿਸ਼ ਕਰਦੇ ਔਰ ਇੰਨਾ ਇੰਨਾ ਜਿੱਤ, ਪਰ ਜਿੱਥੇ ਡਾਕੂਮੈਂਟਰੀ ਐਵੀਡੈਂਸ ਉੱਥੇ ਡਿਊਟੀ ਬਣ ਜਾਂਦੀ ਹੈ। ਦੇਖੋ, ਕ੍ਰਾਈਮ ਨੂੰ ਕੋਰਟ ਵਿੱਚ ਲਿਆਉਣਾ ਪਬਲਿਕ ਡਿਊਟੀ ਹੈ, ਪਬਲਿਕ ਸਰਵੈਂਟ ਦੀ ਵੀ, ਪੁਲਿਸ ਅਫਸਰ ਦੀ ਵੀ, ਤਾਂ ਸਾਡੀ ਵੀ ਐਜ਼ ਅ ਸਿਟੀਜ਼ਨ। ਚਾਹੇ ਅਸੀਂ ਲੇਟ ਆਏ ਹਾਂ, ਚਾਹੇ ਅਸੀਂ ਇੰਨੇ ਸਾਲਾਂ ਬਾਅਦ ਦੱਸ ਰਹੇ ਹਾਂ, ਪਰ ਡਿਊਟੀ ਓਡੀ ਹੋ ਰਹਿੰਦੀ ਹੈ। ਜਿੱਦਾਂ ਉਸ ਵੇਲੇ ਆਸ਼ੂ ਸਾਹਿਬ ਦੀ ਡਿਊਟੀ ਸੀ ਜਦੋਂ ਉਹਨਾਂ ਨੂੰ ਸਾਹਮਣੇ ਕਹਿ ਰਹੇ ਕਿ ਅਸੀਂ ਚੱਲੇ ਹਾਂ ਕਤਲ, ਉਹਨਾਂ ਨੂੰ ਇਮੀਡੀਏਟਲੀ ਇਨਫੋਰਮ ਕਰਕੇ ਪੁਲਿਸ ਨੂੰ ਦੱਸਣਾ ਚਾਹੀਦਾ ਸੀ। ਦੇਖੋ ਕਿੱਡੀ ਵੱਡੀ ਫੇਲੀਅਰ ਹੈ। ਇਸ ਤੋਂ ਪਤਾ ਲੱਗਦਾ ਗਿਲਟੀ ਮਾਇੰਡ ਹੈ, ਉਸ ਤੋਂ ਬਾਅਦ ਫਿਰ ਕਨਫੈਸ਼ਨ ਹੈ ਆਪਣੀ, ਉਸ ਤੋਂ ਬਾਅਦ ਫਿਰ ਇਨਫਲੂਐਂਸ ਪੈਂਡਿੰਗ ਹੈ ਕਿ ਤੁਸੀਂ ਆਪਣੇ ਆਪ ਨੂੰ ਤਾਂ ਸਭ ਤੋਂ ਘੱਟ ਸਜ਼ਾ ਹੁੰਦੀ ਹੈ ਸਿਰਫ ਹਰਬਲ ਲਈ, 216 212 ਜਿਹੜੇ ਸੈਕਸ਼ਨ ਤੋਂ ਸਭ ਤੋਂ ਘੱਟ ਹੁੰਦੀ ਹੈ। ਅਕਸਰ ਪੁਲਿਸ ਕੋਰਟ ਉਹਨੂੰ ਸੀਰੀਅਸ ਲੈਂਦੀ ਕਿਉਂਕਿ ਇਹ ਬੜੀ ਵਾਰੀ ਝੂਠੇ ਵੀ ਹੁੰਦੇ ਆ, ਇਸ ਕਰਕੇ ਸਭ ਤੋਂ ਘੱਟ ਉਹਦੇ ਵਿੱਚ ਉਹਨਾਂ ਦਾ ਚਲਾਨ ਪੇਸ਼ ਕੀਤਾ, ਉੱਥੇ ਵੀ ਰਿਕਾਰਡ ਨਹੀਂ ਪੇਸ਼ ਕੀਤਾ। ਅਤੇ ਇੱਦਾਂ ਉਹ ਕਹੀ ਜਾਂਦੇ ਕਿ ਮੈਂ ਜੀ ਕੁਇਟਲ ਹੋ ਗਿਆ, ਕੁਇਟਲ ਹੋ ਗਿਆ, ਕੁਇਟਲ ਨਹੀਂ ਹੋਇਆ, ਕੁਇਟਲ ਸਿਰਫ ਹਾਰਬਿੰਗ ਦੇ ਚਲਾਨ ਵਿੱਚ ਹੋਇਆ, ਬਾਕੀ 3 ਚਲਾਨ ਜਿਹੜੇ ਰੈਲੇਵੈਂਟ ਕੋਰਟਾਂ ਵਿੱਚ ਗਏ ਨਹੀਂ। ਤੋ ਇਸ ਕਰਕੇ ਕਹਿਣਾ ਕਿ ਉਹ ਕੁਇਟਲ ਹੋ ਗਿਆ ਬਿਲਕੁਲ ਗਲਤ ਹੈ ਔਰ ਸੀਰੀਅਸ ਐਲੀਗੇਸ਼ਨ ਹੈ, ਕੋਈ ਛੋਟੇ ਐਲੀਗੇਸ਼ਨ ਨਹੀਂ। ਔਰ ਜਿਹੜਾ ਜਿਸ ਸਟੇਟ ਵਿੱਚ ਬੜਾ ਵੱਡਾ ਮੁੱਦਾ ਹੈ,
ਇਸ ਕਰਕੇ ਇਹੋ ਜਿਹਾ ਬੰਦਾ ਤੁਹਾਡਾ ਮਿਨਿਸਟਰ ਬਣ ਜਾਏ, ਇਹੋ ਜਿਹਾ ਤੁਹਾਡਾ ਐਡਮਿਨਿਸਟ੍ਰੇਸ਼ਨ ਬਣ ਜਾਏ, ਐਮ ਐਲ ਏ ਬਣੇ, ਲਾਅ ਬਣਨ, ਤਾਂ ਇਹ ਤਾਂ ਵੈਸੇ ਇਟਸ ਅ ਪਬਲਿਕ ਆਊਟਰੀਚ ਇਹਦੇ ਵਿੱਚ। ਹੋਪ ਤਾਂ ਹਮੇਸ਼ਾ ਹੀ ਹੁੰਦੀ ਹੈ, ਅਦਰਵਾਈਜ਼ ਤੁਸੀਂ ਇੰਨੀ ਲੰਬੀ ਸਟਰਗਲ ਕਰ ਨਹੀਂ ਸਕਦੇ। ਲੌਂਗ ਟਰਮ ਹੋਪ ਕਰਕੇ ਤਾਂ ਤੁਸੀਂ ਆਪਣੇ ਵੱਲੋਂ ਜੋ ਪੋਸੀਬਲ ਹੈ ਤੁਸੀਂ ਯੂਜ ਲੌਅ ਨੂੰ ਤੁਸੀਂ ਸਟਾਰਟ ਕਰ ਦਿੰਦੇ, ਉਸ ਤੋਂ ਬਾਅਦ ਫਿਰ ਸਿਸਟਮ ਲੋਕ ਐਵਰੀ ਕਿਸੇ ਬੰਦੇ 'ਤੇ ਕੋਈ ਨਾ ਕੋਈ ਸ਼ੁਰੂ ਹੋ ਜਾਂਦਾ। ਸਭ ਤੋਂ ਵੱਡਾ ਇਮੀਡੀਏਟਲੀ ਇੰਪੈਕਟ ਅਸੀਂ ਐਕਸਪੈਕਟ ਕਰਦੇ ਹਾਂ ਕਿ ਪੋਲੀਟੀਕਲ ਪ੍ਰੋਸੈਸ ਹੀ ਆਊਟਰੇਜ ਹੋਏਗੀ, ਅਸੈਂਬਲੀ 'ਚ ਆਊਟਰੇਜ ਹੋਏਗੀ, ਚੀਫ ਮਿਨਿਸਟਰ ਨੂੰ ਗੁੱਸਾ ਆਏਗਾ, ਐਮ ਐਲ ਏ ਨੂੰ ਗੁੱਸਾ ਆਏਗਾ ਕਿ ਸਾਡੀ ਪਾਰਟੀ ਦੇ ਕਿਹੋ ਜਿਹੇ ਬੰਦੇ ਨੇ ਜਿਹੜੇ ਇੰਨੇ ਜਿਸ ਗੱਲਾਂ 'ਤੇ ਤੁਸੀਂ ਇੰਨਾ ਸਾਰੀ ਪੰਜਾਬ ਦੀ ਪੋਲੀਟਿਕਸ ਟੈਰਰਿਜ਼ਮ ਦੇ ਖਿਲਾਫ ਹੈ, ਇੰਨਾ ਸ਼ੋਰ ਮਚਾਇਆ ਜਾਂਦਾ ਹੈ। ਕੱਲ੍ਹ ਡੀ ਜੀ ਪੀ ਕਹਿ ਰਿਹਾ ਕਿ ਕਰਤਾਰਪੁਰ ਜਾਂਦੇ ਇੱਕ ਦਿਨ ਵੀ ਟ੍ਰੇਨ ਹੋ ਜਾਂਦੇ, ਇਹੋ ਜਿਹੇ ਮਾਹੌਲ ਵਿੱਚ ਤੁਸੀਂ ਕੈਬਨਿਟ 'ਚ ਉਹ ਬੰਦਾ ਬਿਠਾਇਆ ਜਿਹੜਾ ਸੈਲਫ ਕਨਫੈਸਡ ਐਟਲੀਸਟ ਅਕੋਂਪਲਿਸ਼ ਤਾਂ ਹੈ ਟੈਰਰਿਸਟ ਦਾ, ਔਰ ਤੁਹਾਡੇ ਕਿੰਨੀ ਕੁ ਤੁਹਾਡੀਆਂ ਚੀਜ਼ਾਂ ਬਦਲਦੀਆਂ, ਕਿੰਨੇ ਕੁ ਤੁਹਾਡਾ ਸੁਭਾਅ ਬਦਲਦਾ, ਕਿਉਂ ਤੁਸੀਂ ਐਂਟੀਸੀਡੈਂਟ 'ਤੇ ਇੰਨਾ ਜ਼ੋਰ ਲਾਉਂਦੇ ਹੋ? ਕਿਉਂਕਿ ਐਂਟੀਸੀਡੈਂਟ ਤੁਹਾਡੇ ਪੂਰੇ ਕਰੈਕਟਰ ਦੀ ਵਿੰਡੋ ਦੱਸਦਾ। ਕੋਈ ਬੰਦਾ ਟ੍ਰਾਂਸਫਾਰਮ ਨਹੀਂ ਹੁੰਦਾ ਕਿ ਤੁਹਾਡਾ ਹੱਥ ਲੱਗਿਆ ਤੁਸੀਂ ਬਣ ਗਏ ਅੱਜ ਸੰਤ ਬਣ ਗਏ। ਸੋ ਕਲੀਅਰਲੀ ਇਹ ਜੇ ਇੱਦਾਂ ਦੇ ਐਂਟੀਸੀਡੈਂਟ ਦਾ ਬੰਦਾ ਕੈਬਨਿਟ ਵਿੱਚ ਕਿਵੇਂ ਰਹਿ ਸਕਦਾ, ਐਮ ਐਲ ਏ ਕਿਵੇਂ ਰਹਿ ਸਕਦਾ, ਇਲੈਕਸ਼ਨ ਕਿਵੇਂ ਲੜ ਸਕਦਾ? ਇਸ ਕਰਕੇ ਸਭ ਤੋਂ ਜ਼ਿਆਦਾ ਤਾਂ ਅਸੀਂ ਸੋਚਦੇ ਕਿ ਪੋਲੀਟੀਕਲ ਪ੍ਰੋਸੈਸ ਹੀ ਆਪਣਾ ਸੈਲਫ ਕਰੈਕਟਿੰਗ ਹੋਏਗਾ, ਪਬਲਿਕ ਓਪੀਨੀਅਨ ਹੀ ਸੈਲਫ ਕਰੈਕਟਿੰਗ ਹੋਏਗੀ। ਹੀ ਵਿਲ ਬੀ ਆਊਟ ਆਫ ਪਾਵਰ, ਜਿੱਦਣ ਪਾਵਰ 'ਚ ਆ ਗਿਆ ਉਦਣ ਕੇਸ ਚਲਾਉਣਾ ਤਾਂ ਬੜਾ ਆਸਾਨ ਹੈ, ਸਾਡੇ ਲਈ ਬੜਾ ਚਲਾਉਣ ਸਾਰਾ ਮੁਸ਼ਕਿਲ ਹੈ ਕਿ ਸਾਰਾ ਲੀਗਲ ਪ੍ਰੋਸੈਸ ਹੈਵੀਲੀ ਇਨਫਲੂਐਂਸ ਹੁੰਦਾ ਹੈ ਬਾਏ ਪੋਲੀਟੀਸ਼ੀਅਨਸ ਐਂਡ ਅਦਰ ਮਨੀ ਪਾਵਰ। ਇਹ ਇਸ ਕਰਕੇ ਸਭ ਤੋਂ ਪਹਿਲਾਂ ਪੋਜੀਸ਼ਨ ਆਫ ਪਾਵਰ ਤੋਂ ਬਾਹਰ ਕੱਢਣਾ ਹੈ। ਉਹ ਸਿਰਫ ਪੋਲੀਟੀਕਲ ਪ੍ਰੋਸੈਸ ਕਰ ਸਕਦਾ, ਉਹ ਸਿਰਫ ਚੀਫ ਮਿਨਿਸਟਰ ਕਰ ਸਕਦਾ, ਉਹ ਸਿਰਫ ਹਾਈ ਕਮਾਂਡ ਕਰ ਸਕਦੀ, ਪਾਰਟੀ ਕਰ ਸਕਦੀ ਹੈ। ਦੇਅਰਫੋਰ ਸਭ ਤੋਂ ਵੱਡੀ ਇੰਪੋਰਟੈਂਸ ਹੁੰਦੀ ਹੈ ਕਿ ਬੰਦੇ ਨੂੰ ਪੋਜੀਸ਼ਨ ਆਫ ਪਾਵਰ ਤੋਂ ਘੱਟੋ ਘੱਟ ਆਊਟ ਆਫ ਸ਼ੇਮ ਉਹਨਾਂ ਨੂੰ ਰਿਜ਼ਾਈਨ ਕਰਾਓ, ਉਸ ਤੋਂ ਬਾਅਦ ਲਾਅ ਵਿਲ ਫੋਲੋ। ਐਂਡ ਲਾਅ ਕੋਈ ਵੱਡੀ ਗੱਲ ਨਹੀਂ ਹੈਗੀ, ਲਾਅ ਤਾਂ ਸ਼ੁਰੂ ਹੋ ਜਾਏਗਾ, ਸਿੰਪਲ ਕੰਪਲੇਨੈਂਟ ਹੀ ਸਜ਼ਾ ਦਵਾ ਸਕਦਾ ਹੈ, ਔਰ ਸਾਰੇ ਜਿਹੜੇ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਪੂਰਾ ਲਿੰਕ ਹੁੰਦਾ ਹੈ। ਤੁਸੀਂ ਸਾਰੇ ਸਰਕਮਸਟੈਂਸ ਦੇਖੋ, ਇਹਦੇ ਵਿੱਚ 100% ਲਿੰਕ ਹੁੰਦਾ ਹੈ, ਸਾਰੀ ਚੇਨ ਲਿੰਕ ਹੁੰਦੀ ਹੈ। ਕੌਂਸਪਰੇਸੀ ਤਾਂ ਕਿਤੇ ਬਚ ਨਹੀਂ ਸਕਦੇ, ਕਿਉਂਕਿ ਜੇ ਉਹ ਥੋੜ੍ਹੇ ਜਿਹੇ ਇਮਾਨਦਾਰ ਹੁੰਦੇ ਤਾਂ ਉਹਨਾਂ ਨੇ ਕੋਈ ਨਾ ਕੋਈ ਡਾਕੂਮੈਂਟ ਕਲੇਟ ਕਰਨਾ ਸੀ ਕਿ ਅਸੀਂ ਕਿਉਂ ਨਹੀਂ ਇਨਫੋਰਮ ਕੀਤਾ। ਇੰਸੀਡੈਂਟ ਤਾਂ ਹੋਏ ਹੈ, ਇਹ ਕੋਈ ਫਿਕਟੀਸ਼ੀਅਸ ਇੰਸੀਡੈਂਟ ਥੋੜ੍ਹੀ ਹੈ, ਇਹ ਤਾਂ ਐਕਚੁਅਲੀ ਇੰਸੀਡੈਂਟ ਹੋਏ ਹੈ। ਗੁੜ ਮੰਡੀ 'ਚ ਬਲਾਸਟ ਹੋਇਆ, ਤਿੰਨਾਂ ਦਾ ਮਰਡਰ ਹੋਇਆ, ਹੈੱਡ ਕੌਂਸਲ ਦਾ ਮਰਡਰ ਹੋਇਆ, ਚਲਾਨ ਪੇਸ਼ ਹੋਏ ਨੇ, ਲੋਕਾਂ ਦੇ ਖਿਲਾਫ਼ ਕੇਸ ਚੱਲੇ ਨੇ, ਇੱਕ ਦੇ ਖਿਲਾਫ਼ ਨਹੀਂ ਚੱਲਿਆ। ਇਸ ਕਰਕੇ ਕਿਉਂ ਨਹੀਂ ਚੱਲੇਗਾ ਜੇ ਤਿੰਨ ਦੇ ਖਿਲਾਫ਼ ਜਾਂ ਚੌਥੇ ਦੇ ਖਿਲਾਫ਼ ਕਿਉਂ ਨਹੀਂ ਚੱਲੇਗਾ ਜੇ ਐਵੀਡੈਂਸ ਔਰ ਸਾਡਾ ਜਿਹੜਾ ਲਾਅ ਹੈ, ਚਾਰਜ ਚਲਾਉਣ ਲਈ ਤੁਹਾਨੂੰ ਕੋਈ ਬਿਓਂਡ ਰੀਜ਼ਨੇਬਲ ਪਰੂਫ ਨਹੀਂ ਚਾਹੀਦਾ, ਚਾਰਜ ਚਲਾਉਣ ਲਈ ਤੁਹਾਨੂੰ ਸਿਰਫ ਸ਼ੱਕ ਹੀ ਕਾਫੀ ਹੈ। ਜੇ ਰੀਜ਼ਨੇਬਲ ਸਸਪੈਕਸ਼ਨ ਪੈਦਾ ਹੋ ਜਾਏ ਕਿ ਬੰਦਾ ਮਾਈਟ ਬੀ ਇਨਵੋਲਵਡ ਇਨ ਦਾ ਕ੍ਰਾਈਮ, ਤਾਂ ਤੁਹਾਡਾ ਮੁਕੱਦਮਾ ਸ਼ੁਰੂ ਹੋ ਜਾਂਦਾ ਹੈ। ਉਹ ਇਕੁਇਟਲ ਦੇ ਵੇਲੇ ਹੁੰਦਾ ਕਿ ਤੁਸੀਂ ਬਿਓਂਡ ਰੀਜ਼ਨੇਬਲ ਡਾਊਟ ਦੇਖੋਗੇ ਜੀ, ਦੇਖੋ ਇਹਨਾਂ ਨੂੰ ਸ਼ੱਕ ਹੈ ਛੱਡਾਂਗੇ, ਉਹ ਬਾਅਦ ਦੀ ਗੱਲ ਹੈ। ਮੁਕੱਦਮਾ ਚੱਲਣ ਲਈ ਤਾਂ ਬਹੁਤ ਐਵੀਡੈਂਸ ਹੈ। ਮੈਂ ਪਹਿਲਾਂ ਤੁਹਾਡਾ ਜਵਾਬ ਦੇ ਦਿੰਦਾ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਟੈਕਨੀਕਲ ਗਰਾਊਂਡ 'ਤੇ ਇੱਕ ਓਰਿਜਨਲ ਜਿਹੜਾ ਪੇਜ ਸੀਗਾ ਉਸ ਕਨਫੈਸ਼ਨਲ ਸਟੇਟਮੈਂਟ ਦਾ, ਉਹਨੂੰ ਵਿੱਚੋਂ ਫਾਈਲ 'ਚੋਂ ਪਾਸੇ ਕਰਕੇ ਉਸ ਬਿਆਸ 'ਤੇ ਇਹਨਾਂ ਨੂੰ ਬਰੀ ਕੀਤਾ ਗਿਆ। ਅਦਰਵਾਈਜ਼ ਉਹਨੂੰ ਪ੍ਰੂਵ ਕਰਨ ਵਾਸਤੇ ਸੈਕੰਡਰੀ ਐਵੀਡੈਂਸ ਦਾ ਪ੍ਰੋਵੀਜ਼ਨ ਹੁੰਦੀ ਹੈ, ਨਹੀਂ ਟੈਂਪਰਿੰਗ ਨਹੀਂ ਜੀ, ਉਹਨੂੰ ਆਊਟ ਕੀਤਾ ਗਿਆ ਵਿੱਚੋਂ, ਠੀਕ ਹੈ। ਬਟ ਉਹਦਾ ਟਰੈਕ ਤਾਂ ਹੈਗਾ ਨਾ, ਇੱਕ ਚੀਜ਼ ਗਈ ਹੈ ਉਹਨੂੰ ਤੁਸੀਂ ਵਿੱਚੋਂ ਮਿਸ ਕਰਤਾ, ਇਹ ਤਾਂ ਕੋਈ ਕਿਸੇ ਕਲਰਕ ਲੈਵਲ ਦੇ ਬੰਦੇ ਨੂੰ ਕਹਿ ਕੇ ਕਰਾ ਕੇ ਕਰਾ ਸਕਦੇ ਹੋ ਤੁਸੀਂ, ਪਰ ਉਹਦਾ ਟਰੈਕ ਤਾਂ ਹੈ ਨਾ, ਟਰੈਕ ਤਾਂ ਫੋਲੋ ਕਰਨਾ ਸੀ ਨਾ। ਜੇ ਓਰੀਜਨਲ ਡਾਕੂਮੈਂਟ ਉੱਥੇ ਪੋਸੀਬਲ ਵਿੱਚ ਨਹੀਂ ਹੈਗਾ ਸੀਗਾ, ਉਹਦਾ ਟਰੈਕ ਸੀਗਾ ਕਰਨ ਵਾਸਤੇ, ਉਹ ਟਰੈਕ ਮਤਲਬ ਮੇਰੇ ਕੋਲ ਤਾਂ ਰਿਕਾਰਡ ਸਾਰਾ ਤੁਹਾਡੇ ਕੋਲ ਟਾਈਮ, ਤਾਂ ਮੈਂ ਦੱਸ ਦਿੰਦਾ ਕਿ ਐਸ ਡੀ ਐਮ ਦੇ ਆਫਿਸ 'ਚ ਆਉਣਾ ਸੀ, ਉਸ 'ਤੇ ਕਰਨਾ ਸੀਗਾ। ਤਾਂ ਐਸ ਡੀ ਐਮ 92 ਵਿੱਚ ਐਸ ਡੀ ਐਮ ਇੱਕ ਹੁੰਦਾ ਸੀ, ਠੀਕ ਹੈ, ਅਤੇ 95 ਤੋਂ ਬਾਅਦ ਦੁਬਾਰਾ ਐਸ ਡੀ ਐਮ ਉੱਥੇ 2 ਦਿਨ ਲੱਗੇ। ਤਾਂ ਜਿਹੜਾ ਰਿਕਾਰਡ ਮੰਗਿਆ ਗਿਆ ਉਹ ਮੰਗਿਆ ਗਿਆ ਐਸ ਡੀ ਐਮ ਵੈਸਟ ਤੋਂ, ਠੀਕ ਹੈ, ਜਿਹੜਾ ਕਿ ਬਾਅਦ 'ਚ ਬਣਿਆ ਹੋਇਆ, ਇੱਥੋਂ ਵੀ ਕਲੀਅਰ ਕੱਟ ਹੁੰਦਾ। ਹੁਣ ਦੇਖੋ ਰਿਕਾਰਡ ਹੈ, ਮੈਂ ਤੁਹਾਨੂੰ ਦਿਖਾ ਦਿੰਦਾ ਬਾਅਦ ਦੇ ਵਿੱਚ ਕਿ ਉਹ ਈਸਟ ਦੇ ਵਿੱਚੋਂ ਰਿਕਾਰਡ ਕੀਤਾ ਪਤਾ, ਉਸੇ ਦਿਨ ਕਨਫੈਸ਼ਨਲ ਸਟੇਟਮੈਂਟਾਂ ਲਿਖੀਆਂ ਗਈਆਂ, ਉਸੇ ਦਿਨ ਉੱਥੇ ਰਿਸੀਵ ਹੋਈਆਂ ਐਸ ਡੀ ਐਮ ਦੇ, ਠੀਕ ਹੈ, ਅਤੇ ਇਹਦਾ ਪਹਿਲਾਂ ਐਸ ਡੀ ਐਮ ਦੇ ਰਿਸੀਵ ਹੋਈਆਂ, ਐਸ ਡੀ ਐਮ ਨੇ ਤਾਂ ਨਹੀਂ ਆਪਣੇ ਕੋਲ ਰੱਖ ਲਈਆਂ ਨਾ, ਉਹ ਤਾਂ ਭੇਜੂਗਾ ਹੀ, ਉਹ ਤੋਂ ਬਾਅਦ ਉੱਥੋਂ ਪਾਸੇ ਕੀਤੀਆਂ ਗਈਆਂ। ਤੋ ਸੈਕੰਡਰੀ ਐਵੀਡੈਂਸ ਜਿਹੜੀ ਸੈਕੰਡਰੀ ਐਵੀਡੈਂਸ ਹੈ ਉਹਦੇ ਵਿੱਚ ਅਵੇਲੇਬਲ ਸੀ। ਉਸ ਟਾਈਮ ਦੀ ਕੋਰਟ ਨੇ ਇਹਨਾਂ ਨੂੰ ਮਤਲਬ ਦੁਬਾਰਾ ਅਪੀਲ ਨਹੀਂ ਕੀਤੀ ਪ੍ਰੋਸੀਕਿਊਸ਼ਨ ਨੇ ਵੀ ਅਸੀਂ ਸੈਕੰਡਰੀ ਐਵੀਡੈਂਸ ਦੇਣਾ ਚਾਹੁੰਦੇ ਹਾਂ, ਜਸਟ ਡਿਲੇ ਕਰਕੇ ਵੀ ਉਹ ਆ ਨਹੀਂ ਰਿਹਾ ਜੀ, ਐਸ ਡੀ ਐਮ ਤੋਂ ਆ ਨਹੀਂ ਰਿਹਾ, ਅਤੇ ਐਸ ਡੀ ਐਮ ਤੋਂ ਗਲਤ ਮੰਗ ਰਹੇ ਸੀ, ਠੀਕ ਹੈ। ਇਸ ਬਿਆਸ 'ਤੇ ਟੈਕਨੀਕਲ ਗਰਾਊਂਡ 'ਤੇ ਬਰੀ ਕੀਤਾ, ਇਹ ਤੁਹਾਡਾ ਜਵਾਬ। ਇਸ ਕੇ ਪਾਸ ਹਾਂ, ਮੇਰੇ ਪਾਸ ਹੈ ਸਾਰਾ, ਵੀ ਮੈਂ ਲਿਆ ਹੋਇਆ ਉਸ ਮੇਰੇ ਹੈ ਐਂਟਰੀ ਕਰਕੇ ਰਿਕਾਰਡ ਕੋਰਟ ਵਿੱਚ ਪਹੁੰਚਿਆ ਨਹੀਂ। ਹਾਂ, ਉਸ ਕਰਕੇ ਹਾਂ, ਤੁਹਾਡਾ ਮੈਂ ਦੱਸਦਾ ਜੀ, ਟ੍ਰਿਪਲ ਮਰਡਰ ਦਾ ਸੀਗਾ।
ਡਿਪਲੋਮੈਟ ਹੋਇਆ ਸੀ ਪਾਇਲ ਥਾਣੇ ਦੇ ਵਿੱਚ, ਠੀਕ ਹੈ। ਉਹ ਤਿੰਨ ਆਦਮੀ ਜਿਹੜੇ ਇਹਨਾਂ ਕੋਲ ਗਏ ਸੀ ਵੀ ਮਤਲਬ ਉਹ ਨਹੀਂ ਨਾਮਜ਼ਦ ਹੋਏ, ਉਹ ਕੀ ਹੋਇਆ ਨੈਚੁਰਲੀ ਜਦੋਂ ਇਸ ਤਰ੍ਹਾਂ ਦੇ ਅੱਤਵਾਦ ਦੇ ਕ੍ਰਾਈਮ ਹੁੰਦੇ ਆ ਉਦੋਂ ਮੌਕੇ 'ਤੇ ਤਾਂ ਪਤਾ ਨਹੀਂ ਹੁੰਦਾ, ਉਹ ਬਾਅਦ ਵਿੱਚ ਹੀ ਹੁੰਦਾ। ਹੁਣ ਜਿਹੜਾ ਤਾਂ ਐਕਚੁਅਲੀ ਬਣਦਾ ਸੀ ਉਹ ਇਹ ਸੀ ਕਿ ਇਹ ਐਸ ਐਚ ਓ ਡਾਊ ਸਾਹਿਬਾਂ ਨਗਰ ਉਸ ਟਾਈਮ ਸੀ ਜਿਹਦੇ ਅੱਗੇ ਕਨਫੈਸ਼ਨ ਸਟੇਟਮੈਂਟ ਹੋਈ ਸੀ, ਉਹ ਆਪਣੇ ਹੀ ਮਤਲਬ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਨੂੰ ਦੱਸਦਾ ਵੀ ਇਹ ਮਤਲਬ ਕਨਫੈਸ਼ਨ ਕਰ ਲਿਆ ਤੁਹਾਡੇ ਇਸ ਕ੍ਰਾਈਮ ਦਾ ਇਹਨਾਂ ਨੇ। ਉਹਨਾਂ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣਾ ਹੀ ਨਹੀਂ ਵੇਖਿਆ 40 ਹੌਲਦਾਰ ਦਾ ਮਰਡਰ ਸਰਾਭਾ ਨਗਰ ਦੇ ਥਾਣੇ ਦੇ 40 ਨੰਬਰ 'ਚ ਚਲਾਨ ਨਹੀਂ ਕੀਤਾ ਗਿਆ, ਉਹ ਤਾਂ ਫਿਰ ਦੂਜਾ ਥਾਣਾ ਸੀਗਾ। ਇਹਨਾਂ ਨੇ ਇਨਫੋਰਮੇਸ਼ਨ ਹੀ ਨਹੀਂ ਭੇਜੀ, ਉਹਨਾਂ ਨੇ ਕਿਸੇ ਬੰਦੇ ਦਾ ਐਕਸਟਰਾ ਜੁਡੀਸ਼ਲ ਬਿਆਨ ਲਿਖ ਕੇ ਤਿੰਨ ਹੋਰ ਬੰਦੇ ਨਾਮਜ਼ਦ ਕਰ ਲਏ ਉਹਦੇ ਵਿੱਚ, ਉਹ ਤਿੰਨੇ ਮੁਕਾਬਲੇ 'ਚ ਮਾਰੇ ਗਏ ਅਤੇ ਉਹ ਕੇਸ ਨੂੰ ਅਨਟਰੇਸ ਦੇ ਕੇ ਅੱਜ ਵੀ ਪੈਂਡਿੰਗ ਦੇ, ਉਹ ਤਾਂ ਇੱਕ ਮਿੰਟ 'ਚ ਖੁੱਲ੍ਹੇ। ਹਾਂਜੀ ਉਦੋਂ ਦੀ ਮੈਨੂੰ ਜਦੋਂ ਮੈਨੂੰ ਪਤਾ ਲੱਗੂ ਤਾਂ ਆਊਂਗਾ ਜੀ। ਮੈਂ 92 ਤਾਂ ਮੈਂ ਵੀ ਅਜੇ ਜੁਆਇਨ ਨਹੀਂ ਕੀਤਾ ਸੀਗਾ ਅਤੇ ਮੈਨੂੰ ਕੁਛ ਪਤਾ, ਮੇਰੇ ਕੋਲ ਤਾਂ ਅੱਜ ਪ੍ਰੋਬਲਮ ਆਈਆਂ ਮੈਨੂੰ ਤਾਂ, ਠੀਕ ਹੈ। ਤਾਂ ਹੀ ਮੈਂ ਦੇਖਣ ਵਾਸਤੇ ਗਿਆ ਅਤੇ ਮੈਨੂੰ ਕੁਛ ਮਿਲਿਆ, ਜੋ ਮਿਲਿਆ ਹੋਇਆ ਐਵੀਡੈਂਸ ਮੈਂ ਫਿਰ ਅੱਗੇ ਵੀ ਬੇਨਤੀ ਕੀਤੀ ਸੀ, ਕੋਈ ਇਲਜ਼ਾਮ ਨਹੀਂ ਹੈਗਾ। ਮੈਂ ਕਹਿੰਦਾ ਇਹਨੂੰ ਚੈੱਕ ਕਰੋ, ਜੇ ਇਹ ਗਲਤ ਹੈ ਮੈਨੂੰ ਨਾਲ ਦੀ ਨਾਲ ਅੰਦਰ ਕਰੋ, ਜੇਲ੍ਹ ਭੇਜੋ ਜੀ, ਤਾਂ ਡਿਸਮਿਸ ਕਿਉਂ ਕਰਨਾ, ਠੀਕ ਹੈ। ਅਤੇ ਨਹੀਂ ਤਾਂ ਘੱਟੋ ਘੱਟ ਇਹਨੂੰ ਉਤਾਰ ਕੇ ਇਹਦਾ ਕੋਈ ਟ੍ਰਾਇਲ ਤਾਂ ਕਰ ਦਿਓ, ਠੀਕ ਹੈ। ਬਾਕੀ ਕੋਰਟ ਦੇਖ ਲਊਗੀ, ਜੇ ਬਰੀ ਹੋਊਗਾ ਤਾਂ, ਇਲਜ਼ਾਮ ਤਾਂ ਮੈਂ ਨਹੀਂ ਲਾਏ ਹੋਏ, ਇਹ ਬਿਆਨ ਤਾਂ ਮੈਂ ਨਹੀਂ ਦਿੱਤਾ ਹੋਇਆ, ਇਹਦਾ ਬਿਆਨ ਹੈ ਇਹਦੇ। ਤੁਸੀਂ ਦੇਖੋ ਤਾਂ ਸਹੀ, ਬੰਬ ਵੀ ਸਾਹਮਣੇ ਬਣ ਰਹੇ ਆ, ਸਜੈਸ਼ਨ ਵੀ ਦੇ ਰਹੇ ਆ। ਹੁਣ ਉਹ ਗੁੜ ਮੰਡੀ ਏਰੀਆ ਬਿਲਕੁਲ ਬਾਜ਼ਾਰ ਸੀਗਾ, ਠੀਕ ਹੈ, ਔਰ ਹਿੰਦੂ ਮੈਂ ਦੱਸਦਾ, ਹਿੰਦੂ ਬਹੁਲਾਤ ਏਰੀਆ ਹੈਗਾ, ਠੀਕ ਹੈ। ਉੱਥੇ ਹੋਇਆ ਕੀ ਸੀ ਜੀ, ਬੰਦੇ ਬਹੁਤ ਮਰਦੇ ਸੀ ਉੱਥੇ, ਜਦੋਂ ਇਹ ਉੱਥੇ ਝੋਲਾ ਰੱਖ ਕੇ ਆ ਗਏ ਸੀ ਨਾ ਬੰਬ ਵਾਲਾ, ਤਾਂ ਉੱਥੇ ਵੀ ਰੌਲਾ ਪੈ ਗਿਆ, ਉਹ ਲੋਕ ਥੋੜ੍ਹੇ ਅਵੇਅਰ ਹੁੰਦੇ ਸੀਗੇ, ਤਾਂ ਕਿਸੇ ਨੇ ਕਹਿਤਾ ਵੀ ਕੋਈ ਚੀਜ਼ ਛੱਕੀ ਪਈ ਹੋਈ ਹੈ, ਠੀਕ, ਇਹ ਐਫ ਆਈ ਆਰ ਲਿਖਿਆ ਹੋਇਆ, ਮੈਂ ਪੜਵਾ ਦੂੰਗਾ, ਠੀਕ ਹੈ। ਉਹਨਾਂ ਨੇ ਵਾਇਰਲਸ ਕਰਤੀ ਪੁਲਿਸ ਨੂੰ ਵੀ ਇੱਥੇ ਕੋਈ ਚੀਜ਼ ਪਈ ਹੈ, ਠੀਕ ਹੈ। ਅਤੇ ਇੰਨੇ ਲੋਕ ਅਲਰਟ ਹੋ ਗਏ, ਅਲਰਟ ਹੋ ਕੇ ਉਸ ਤੋਂ ਬਾਅਦ ਜਦੋਂ ਤੱਕ ਪੁਲਿਸ ਪਹੁੰਚ ਗਈ ਇਹ ਬਲਾਸਟ ਹੋ ਗਿਆ। ਇਸ ਦੇ ਬਾਵਜੂਦ ਵੀ ਉੱਥੇ 5-6 ਬੰਦੇ ਜ਼ਖਮੀ ਹੋਏ, ਔਰ ਮਤਲਬ ਸ਼ਟਰ ਟੁੱਟੇ, ਮਤਲਬ ਬਹੁਤ ਮਤਲਬ ਮੇਜਰ ਨੁਕਸਾਨ ਹੋਇਆ, ਪਰ ਬੰਦੇ ਤਾਂ ਨਹੀਂ ਮਰੇ ਕਿਉਂਕਿ ਪਹਿਲਾਂ ਹੋ ਗਿਆ ਸੀ, ਉਹ ਐਫ ਆਈ ਆਰ ਕਹਿੰਦੀ ਮੈਂ ਨਹੀਂ ਕਰ, ਔਰ ਉਹਦੇ ਵਿੱਚ ਇਹ ਸਟੇਟਮੈਂਟ ਲੱਗੀ ਹੋਈ ਹੈ ਜੀ। ਅਭੀ ਕਿਸੇ ਕੋਰਟ ਮੇਂ ਨਹੀਂ ਹੈ, ਅਭੀ ਤੋ ਹੋਗਾ, ਅਭੀ ਤੋ ਹੋਗਾ। ਮੈਨੇ ਕੰਪਲੇਂਟ ਦੇ ਦੀ ਹੈ ਕਮਿਸ਼ਨਰ ਸਾਹਿਬ ਕੋ, ਸਾਰੀ ਬਿਲਕੁਲ ਜੋ ਡਿਟੇਲ ਹੈ ਸਾਰੇ ਕੇਸੋ ਮੇਂ ਜੋ ਆਪਕੋ ਬਤਾ ਰਹਾ ਹੂੰ, ਠੀਕ ਹੈ। ਉਹ ਕੰਪਲੇਂਟ ਮੈਨੇ ਦੇ ਦੀ ਹੈ, ਆਪਣੀ ਤਰਫ ਸੇ ਦੀ ਹੈ, ਠੀਕ ਹੈ। ਇਸਕੀ ਪੈਰਵਾਈ ਕਰੂੰਗਾ ਮੈਂ, ਹੋ ਹੀ ਨਹੀਂ ਸਕਦਾ ਕਿ ਟ੍ਰਾਇਲ ਨਾ ਹੋਏਗਾ 100%। ਅਗਰ ਉਹ ਬਿਰਸਾ ਸਿੰਘ ਬਟੋਏ ਵਾਲਾ 38 ਸਾਲ ਬਾਅਦ ਹੋ ਜਾਂਦਾ, ਠੀਕ ਹੈ, ਇਹ ਤਾਂ ਬਹੁਤ ਉਸ ਨਾਲੇ ਉਹ ਵੀ ਹੈਗਾ ਉਹਦੇ 'ਚ, ਉਹਨੇ ਕੀ ਸੀਗਾ ਬਟੋਏ ਵਾਲੇ ਕੇਸ ਵਿੱਚ, ਉਹਨੂੰ PO ਬਣਾਇਆ ਸੀ ਅਤੇ ਉਹ ਪੇਸ਼ ਹੀ ਨਹੀਂ ਹੋਇਆ ਸੀ, ਠੀਕ ਹੈ। ਮੈਂ ਉਹ ਵੀ ਚੈੱਕ ਕੀਤਾ ਸਾਰਾ, ਠੀਕ ਹੈ। ਅਤੇ ਉਹਨੇ ਉਦੋਂ ਬਰੀ ਹੋ ਜਾਣਾ ਸੀ ਜੇ ਉਹ ਗਿਆ ਹੁੰਦਾ, ਹੁਣ ਵੀ ਬਰੀ ਹੋਊਗਾ ਮੇਰਾ ਖਿਆਲ, ਬਾਕੀ ਮੈਂ ਉਹਦੇ ਬਾਰੇ ਕੁਛ ਕਹਿ ਨਹੀਂ ਸਕਦਾ। ਬਟ ਇਹਦੀ ਤਾਂ ਕਨਫੈਸ਼ਨ ਸਟੇਟਮੈਂਟ ਹੈ, ਇਹਦੇ ਤਾਂ ਉਹਦੇ ਨਾਲੋਂ ਮਤਲਬ ਵਰਸ ਹੈ, ਇਹ ਤਾਂ ਇਹਦੇ ਤਾਂ ਇਹਦਾ ਸਿਰਫ ਇਹਨੂੰ ਪ੍ਰੂਵ ਕਰਨਾ, ਉਹਨੂੰ ਇਹ SDM ਈਸਟ ਦਾ ਆਫਿਸ ਜਿਹੜਾ ਪ੍ਰੂਵ ਕਰ ਰਿਹਾ ਕਿ ਇਹ ਜਿਹੜੀ ਇਹ ਲਿਖੀ ਗਈ ਹੈ ਅਤੇ ਸਾਡੇ ਕੋਲ ਪਹੁੰਚੀ ਹੈ, ਤਾਂ ਨੋ ਵਨ ਕੈਨ ਸੇਵ ਹਿਮ। ਟਾਈਮ ਹੈ ਕਿੰਨਾ ਚਿਰ ਅੱਗੇ ਬਚ ਗਿਆ ਹੋਇਆ, ਹੁਣ ਅਸੀਂ ਪੈਰਵਾਈ ਕਰਾਂਗੇ, ਅਖੀਰ ਤੱਕ ਮਤਲਬ ਦੀ ਕਰਾਂਗੇ, ਦੇਣਾ ਪਵੇਗਾ ਵੀ ਦੁਬਾਰਾ ਗੁਆਚੀ ਹੋਈ ਟਰੈਕ ਲੱਗੂਗੀ ਸੀਗੀ ਕਿ ਨਹੀਂ। ਇਹ ਕੇਸ ਤਾਂ ਟਾਡਾ ਜਦੋਂ ਐਕਟ ਲੱਗਾ ਸੀ ਉਦੋਂ ਹੀ ਦਰਜ ਹੋਏ ਸੀ, ਉਦੋਂ ਹੀ ਇਨਵੈਸਟੀਗੇਸ਼ਨ ਹੋਈ ਹੈ। ਇਹ ਹਲੇ ਵੀ ਟਾਡਾ ਦੇ ਅੰਦਰ ਟ੍ਰਾਈਡ ਹੋਣਗੇ ਬਾਏ ਡੈਜ਼ਿਨੇਟਡ ਕੋਰਟ, ਜਿਹੜਾ ਕਿ ਹੁਣ ਸਪੈਸ਼ਲ ਹਾਈ ਕੋਰਟ ਡੈਜ਼ਿਨੇਟ ਕਰੇਗਾ। ਹਾਂਜੀ ਹਾਂਜੀ, ਅਦਰ ਕੋਰਟ ਵੀ ਜੇ ਟ੍ਰਾਇਲ ਕਿਸੇ ਹੋਰ ਕੇਸ ਵਿੱਚ ਹੋਵੇ ਜਿਹੜਾ ਨੋਰਮਲ ਟਾਡਾ ਤੋਂ ਬਾਅਦ ਹੋਇਆ, ਫਿਰ ਇਹ ਐਡਮਿਸੀਬਲ ਨਹੀਂ ਹੋਏਗਾ, ਫਿਰ ਇਟ ਇਜ਼ ਬਾਰਡ ਬਾਈ ਐਵੀਡੈਂਸ ਐਕਟ। ਪਰ ਟਾਡਾ ਨੇ ਮੇਜਰ ਚੇਂਜ ਕੀਤੀ ਸੀ ਕਿ ਇਹ ਟੈਰਰਿਸਟ ਕ੍ਰਾਈਮਾਂ ਨੂੰ ਸਾਬਤ ਕਰਨਾ ਬੜਾ ਮੁਸ਼ਕਲ ਹੁੰਦਾ ਹੈ, ਇਸ ਕਰਕੇ ਜੇ ਵੱਡੇ ਅਫਸਰ ਨੂੰ ਅਸੀਂ ਜੇ ਅਸੀਂ ਮਜਿਸਟਰ ਨੂੰ ਮੰਨ ਸਕਦੇ ਹਾਂ ਤਾਂ SP ਨੂੰ ਤੇ ਵੀ ਯਕੀਨ ਕਰੀਏ, ਜੇ ਉਹਨਾਂ ਸਾਹਮਣੇ ਕੋਈ ਕਨਫੈਸ਼ਨ ਹੋਵੇਗਾ ਤਾਂ ਉਹਨੂੰ ਉਨੀ ਵੈਲਿਊ ਦਿੱਤੀ ਜਾਏਗੀ ਜਿੰਨੇ ਮਜਿਸਟਰ ਦੇ ਕੋਲ ਕਨਫੈਸ਼ਨ ਦੀ ਹੈ, ਔਰ ਮਜਿਸਟਰ ਦੇ ਕਨਫੈਸ਼ਨ 'ਤੇ ਸਜ਼ਾ ਆਮ ਹੁੰਦੀ ਹੈ, ਅਤੇ ਇਸ ਕਰਕੇ ਟਾਡਾ ਦੇ ਵੇਲੇ SP ਦੇ ਕਨਫੈਸ਼ਨ ਦੇ ਬੇਸ 'ਤੇ ਵੀ ਸਜ਼ਾਵਾਂ ਹੁੰਦੀਆਂ ਸੀ, ਔਰ ਕੋਰਟ ਨੇ ਅਪਹੈਲਡ ਕੀਤਾ, ਸੁਪਰੀਮ ਕੋਰਟ ਨੇ ਜਿਹੜੀ ਚੇਂਜ ਅਪਹੈਲਡ ਕੀਤੀ ਸੀ। ਸੋ ਇਸ ਕੇਸਾਂ ਦੇ ਵਿੱਚ ਕਿਉਂਕਿ ਸਾਰੇ ਟਾਡਾ ਦੇ ਥੱਲੇ ਦਰਜ ਹੋਏ ਕੇਸ ਹੈ, ਸੋ ਅੱਜ ਵੀ ਟ੍ਰਾਇਲ ਟਾਡਾ ਦੇ ਥੱਲੇ ਹੋਏਗਾ, ਅਤੇ ਉਹੀ ਐਵੀਡੈਂਸਰੀ ਯਾਰਡਸਟਿਕ ਦੇਖੀ ਜਾਏਗੀ ਜੋ ਉਸ ਵੇਲੇ ਹੁੰਦੀ ਸੀ। ਇਸ ਕਰਕੇ ਬਹੁਤ ਡੈਮੇਜਿੰਗ ਹੈ ਮਿਨਿਸਟਰ ਸਾਹਿਬ ਨੇ। ਜਾਊਂਗਾ ਤੁਹਾਡੇ ਥਰੂ ਦੁਬਾਰਾ, ਜਿਹੜੇ ਸਾਡੇ ਮਾਣਯੋਗ CM ਸਾਹਿਬ ਨੇ, ਸਾਰੇ ਮਿਨਿਸਟਰ ਸਾਹਿਬਾਨ ਨੇ, ਸਾਰੇ ML, ਸਾਰੀਆਂ ਪਾਰਟੀਆਂ ਦੇ, ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਵਾਲੇ, BJP ਵਾਸਤੇ, ਆਪ ਵਾਲੇ, ਜਿਹੜੇ ਵੀ ਹੈਗੇ ਆ,
मतलब जो बड़े बड़े मुद्दे उठाते हैं इतने इस तो वड्डा मुद्दा मेरे नहीं ख्याल अज तक कित कोई सैशन के उठाया होगा। तो मेरी रिक्वेस्ट है कि मतलब ये इस चीज़ को सामने लिया के ये ते लीगल एक्शन करके मतलब यदा ताकि अगे तो मतलब एक मिसाल साबित हो मतलब यह जे जगह पर बैठे बंदे भी जोड़े है वो कानून के दायरे तो जोड़े वो दूर नहीं है। तो नाले मेरी रिक्वेस्ट मनी जाए कि मैं मैनू नौकरी भी चाहिए है तो मतलब मैं मतलब अपना काम भी ठीक किया मैं कोई गलत नहीं किया जे मेरे ते खिलाफ कोई गलत है मेरे ते बिल्कुल कार्रवाई करो ठीक है। एक अफसर थोड़ा का गजटेड अफसर थोड़ा ठीक काम करके जिम्मे भुगत रहा है ठीक है। तो मतलब तुम देख रहे हो तुम मैं मतलब कि ज़्यादा मैं कहने की लड़ नहीं है तो काइंडली मतलब थोड़े थ्रू कन्वे करना चाहना कि मतलब यह आदमियों तो यह सिस्टम तो साड़े पंजाब की जनता को बचाया जाए। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।